ਸ਼ੀਕਲ ਜੀ ਸਾਡਾ ਸਟਾਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਤੁਹਾਡੇ ਇਸ ਪਸੰਦੀਦਾ ਸ਼ੋਅ ਵਿੱਚ ਜਿਸ ਤਰ੍ਹਾਂ ਕਿ ਅਸੀਂ ਹਰ ਵਾਰ ਇੱਕ ਨਵੇਂ ਸਟਾਰ ਨੂੰ ਲੈ ਕੇ ਆਉਂਦੇ ਹਾਂ ਤੇ ਜਿਹੜੇ ਸਾਡੇ ਨਾਲ ਅੱਜ ਸਟਾਰ ਜੁੜੇ ਆ ਨਾ ਉਹ ਨਾ ਸਿਰਫ ਖੂਬਸੂਰਤ ਸਿੰਗਰ ਨੇ ਖੂਬਸੂਰਤ ਪਰਫਾਰਮਰ ਵੀ ਨੇ ਜੀ ਹਾਂ ਤੇ ਮੈਂ ਗੱਲ ਕਰ ਰਹੀ ਆ ਰਣਵੀਰ ਦੀ ਜੋ ਕਿ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤੁਹਾਡਾ ਸਟੂਡੀਓ ਵਿੱਚ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਜੀ ਜਿਸ ਤਰ੍ਹਾਂ ਕਿ ਹੈਗੀ ਹਰ ਸਫ਼ਰ ਦੀ ਸ਼ੁਰੂਆਤ ਹਨਾ ਆਪਣੀ ਫੈਮਿਲੀ ਤੋਂ ਹੁੰਦੀ ਆ ਤੇ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹੂੰਗੀ ਕਿ ਤੁਹਾਡੀ ਫੈਮਿਲੀ ਚ ਕੌਣ-ਕੌਣ ਆ ਆ ਮੇਰੀ ਫੈਮਿਲੀ ਦੇ ਵਿੱਚ ਮੇਰੇ ਫਾਦਰ ਸਾਹਿਬ ਸਰਦਾਰ ਜਸਵਿੰਦਰਪਾਲ ਜੀ ਮੇਰੇ ਮਦਰ ਸ਼੍ਰੀਮਤੀ ਬਲਜੀਤ ਕੌਰ ਮੇਰੀ ਸਿਸਟਰ ਬ੍ਰਦਰ ਤੇ ਮੇਰੇ ਗ੍ਰੈਂਡਮਮ ਹਾਂਜੀ ਤੇ ਫਿਰ ਤੁਹਾਡੀ ਜਿਹੜੀ ਹੈਗੀ ਐਜੂਕੇਸ਼ਨ ਹਨਾ ਤੁਹਾਡੀ ਸਕੂਲਿੰਗ ਹੈਗਾ ਤੁਹਾਡਾ ਕਾਲਜ ਹੈਗਾ ਉਹ ਤੁਸੀਂ ਕਿੱਥੋਂ ਲਈ ਜਿਹੜੀ ਐਜੂਕੇਸ਼ਨ ਮੇਰੀ ਐਜੂਕੇਸ਼ਨ ਮੈਂ ਡਿਸਟ੍ਰਿਕਟ ਨਵਾਂ ਸ਼ਹਿਰ ਨੂੰ ਬਿਲੋਂਗ ਕਰਦਾ ਸ਼ਹੀਦ ਭਗਤ ਸਿੰਘ ਨਗਰ ਨੂੰ ਤੇ ਮੇਰੀ ਸਕੂਲਿੰਗ ਮੇਰੇ ਹੋਮ ਟਾਊਨ ਚ ਹੀ ਹੋਈ ਹੈ ਜੀ ਉਸ ਤੋਂ ਬਾਅਦ ਫਿਰ ਮੈਂ ਡੀਏਵੀ ਕਾਲਜ ਚੰਡੀਗੜ੍ਹ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਜੀ ਤੇ ਹੁਣ ਨਾਲ-ਨਾਲ ਚੱਲ ਰਿਹਾ ਜੀ ਸਟਰਗਲ ਚੱਲ ਰਿਹਾ ਕੰਮ ਚੱਲ ਰਿਹਾ ਸਾਰਾ ਕੁਝ ਚਲੋ ਜੀ ਸਾਡੀਆਂ ਇਹ ਸ਼ਾਮਾਂ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਆ ਤੇ ਤੁਹਾਡਾ ਜਿਹੜਾ ਹੈਗਾ ਗਾਇਕੀ ਦਾ ਸਫਰ ਹਨਾ ਵੀ ਤੁਹਾਡੇ ਸਫਰ ਦੀ ਸ਼ੁਰੂਆਤ ਕਰੀਏ ਤਾਂ ਕਿੱਥੋਂ ਹੈਗਾ ਜਿਹੜਾ ਤੁਹਾਡਾ ਸਫਰ ਸ਼ੁਰੂ ਹੋਇਆ ਅ ਮੇਰੇ ਐਕਚੁਅਲੀ ਫਾਦਰ ਸਾਹਿਬ ਨੂੰ ਸ਼ੌਂਕ ਸੀਗਾ ਜੀ ਸਿੰਗਿੰਗ ਦਾ ਤੇ ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਕਾਫੀ ਸਿੰਗਰਸ ਨਾਲ ਕੋਰਸ ਤੇ ਗਾਇਆ ਤੇ ਉਹਨਾਂ ਨੂੰ ਖੁਦ ਵੀ ਸ਼ੌਂਕ ਸੀ ਗਾਉਣ ਦਾ ਤੇ ਜਿੱਦਾਂ ਫਿਰ ਮੇਰਾ ਬਰਥ ਹੋਇਆ ਤੇ ਸ਼ਾਇਦ ਉਹਨਾਂ ਨੇ ਮੇਰੇ 'ਚ ਦੇਖਿਆ ਆਪਣਾ ਡ੍ਰੀਮ ਤੇ 3-4 ਸਾਲ ਦੀ ਏਜ ਦੇ ਵਿੱਚ ਜਦੋਂ ਮੈਂ ਬੱਚਾ ਸੀਗਾ ਉਦੋਂ ਤੋਂ ਹੀ ਮੈਨੂੰ ਉਹਨਾਂ ਨੇ ਹਾਰਮੋਨੀਅਮ ਵਗੈਰਾ ਲੈ ਕੇ ਦਿੱਤਾ ਤੇ ਬਸ ਉਹ ਦੋ ਦੋ ਹੁਣ ਤੱਕ ਤਾਂ ਕੁਝ ਗਾਣਾ ਸ਼ੁਰੂ ਕੀਤਾ ਤੇ ਫਿਰ ਸਭ ਤੋਂ ਜ਼ਿਆਦਾ ਜਿਹੜੀ ਮੰਨਿਆ ਕਿ ਤੁਹਾਡੇ ਗਾਣ ਦੇ ਵਿੱਚ ਪ੍ਰੇਰਣਾਦਾਇਕ ਬਣੇ ਹੈਗੇ ਤੁਹਾਡੇ ਫਾਦਰ ਹਨਾ ਤੇ ਹੋਰ ਕਿੰਨਾ ਕਿੰਨਾ ਲੋਕਾਂ ਦਾ ਸਹਿਯੋਗ ਮਿਲਿਆ ਸਹਿਯੋਗ ਜੀ ਜਦੋਂ ਮੇਰੀ ਸਕੂਲਿੰਗ ਸ਼ੁਰੂ ਹੋਈ ਹੈ ਸਕੂਲ ਟਾਈਮ ਦੇ ਵਿੱਚ ਕਿਉਂ ਪੜਨ ਨੇ ਤਾਂ ਮੈਂ ਇਹਦਾ ਹੀ ਸੀਗਾ ਜੀ ਠੀਕ ਠਾਕ ਹੀ ਸੀਗਾ ਤੇ ਕਲਾਸ ਕਲਾਸਿਸ ਦੇ ਵਿੱਚ ਜਦੋਂ ਇੱਕ ਸਜਾ ਵੀ ਮਿਲਣੀ ਤਾਂ ਗਾਣਾ ਸੁਣਦਾ ਹੁੰਦੇ ਸੀਗੇ ਮੇਰੇ ਟੀਚਰ ਸੋ ਥੋੜਾ ਜਿਆ ਰੋਕ ਕੇ ਪੁੱਛੂਗੀ ਵੀ ਕਿਹੜਾ ਗਾਣਾ ਸੀਗਾ ਜਿਹੜਾ ਤੁਹਾਡੇ ਤੋਂ ਸੁਣਨਾ ਚਾਹੁੰਦੇ ਸੀਗੇ ਉਦੋਂ ਮੇਰੇ ਕੋਲ ਮੈਂ ਜੀ ਸ਼ੁਰੂ ਤੋਂ ਵਾਰ ਗਾਉਂਦਾ ਹੁੰਦਾ ਹੁੰਦਾ ਸੀਗਾ ਸਿਕੰਦਰ ਸਾਹਿਬ ਜੀ ਸਾਡੇ ਉਸਤਾਦ ਜੀ ਸਦੂ ਸਿਕੰਦਰ ਸਾਹਿਬ ਹਮ ਤੇ ਉਹਨਾਂ ਦੀ ਮੈਂ ਵਾਰ ਗਾਉਂਦਾ ਹੁੰਦਾ ਸੀਗਾ ਤੇ ਆਮ ਸਟੇਜਾਂ ਤੇ ਸਕੂਲਾਂ ਦੇ ਵਿੱਚ ਉਹੀ ਮੈਂ ਗਾਈ ਹੈ ਜੀ ਸ਼ੁਰੂ ਤੋਂ ਤੇ ਉੱਥੋਂ ਹੀ ਸ਼ੌਂਕ ਵੱਧਦਾ ਵੱਧਾ ਅੱਗੇ ਗਿਆ ਤੇ ਅੱਜ ਤੁਹਾਡੇ ਸਾਹਮਣੇ ਆ ਜੀ ਤੇ ਮੈਂ ਚਾਹੂੰਗੀ ਕਿ ਨਾ ਜਿਹੜੀ ਤੁਹਾਡੀ ਸ਼ੌਂਕ ਦੀ ਜਿਵੇਂ ਸਟਾਰਟਿੰਗ ਹੋਈ ਹੈ ਤੇ ਤੁਹਾਡੇ ਤੋਂ ਜਿਹੜੇ ਹੈਗੇ ਟੀਚਰ ਵੀ ਹੁੰਦੇ ਸੀ ਤੇ ਮੈਨੂੰ ਲੱਗਦਾ ਅੱਜ ਅਸੀਂ ਵੀ ਜਿਹੜੇ ਹੈਗੇ ਤੁਹਾਡੇ ਤੋਂ ਸੁੰਣਾ ਚਾਹਾਂਗੇ ਤਾਂ ਉਹ ਵਾਰ ਦੀਆਂ ਕੁਝ ਲਾਈਨਾਂ ਜੀ ਜੀ ਪਹੀ ਗੁਲਾਮੀ ਕੋਲੋਂ ਦੇਸ਼ ਨੂੰ ਮੁਕਤ ਕਰਾਉਂਦੇ ਨੇ ਫਾਂਸੀਆਂ ਵਾਲੇ ਰੱਸੇ ਚੁੰਮ ਕੇ ਗਲਾਂ ਚ ਪਾਉਂਦੇ ਨੇ ਮੌਤ ਨੂੰ ਕਰਨ ਮੁਖੋਲਾ ਮੌਤ ਨੂੰ ਕਰਨ ਮੁਖੋਲਾ ਨਾ ਕਬਰਾਂ ਆ ਕਰ ਦੇ ਨੇ ਲੋਕੋ ਸੂਰਮੇ ਉਮਰਾ ਥੋੜੀਆਂ ਪਾਇਆ ਕਰ ਦੇ ਨੇ ਲੋਕੋ ਸੂਰਮੇ ਉਮਰਾ ਥੋੜੀਆਂ ਪਾਇਆ ਕਰਦੇ ਨੇ ਬਹੁਤ ਖੂਬਸੂਰਤ ਸਰ ਬਹੁਤ بلند ਆਵਾਜ਼ ਤੇ ਖੂਬਸੂਰਤ ਅੰਦਾਜ਼ ਜਿਸ ਤਰ੍ਹਾਂ ਕਿ ਹੈਗਾ ਨਾ ਹਰ ਕਿਸੇ ਦਾ ਕੋਈ ਨਾ ਕੋਈ ਪ੍ਰੇਰਨਾ ਸਰੋਤ ਹੁੰਦਾ ਹਨਾ ਸਾਨੂੰ ਕਿਸੇ ਤੋਂ ਪ੍ਰੇਰਣਾ ਜਿਵੇਂ ਪਹਿਲੀ ਤੁਹਾਡੀ ਪ੍ਰੇਰਣਾ ਸੀਗੀ ਤੁਹਾਡੇ ਫਾਦਰ ਸਾਹਿਬ ਬਣੇ ਹਨ ਫਿਰ ਜਿਵੇਂ ਆਪਾਂ ਕਿਸੇ ਆਈਡਲ ਨੂੰ ਲੈ ਕੇ ਚੱਲਦੇ ਹਾਂ ਹਨਾ ਕਿ ਇਹ ਸਿੰਗਰ ਹੈ ਜਿਹੜਾ ਮੇਰਾ ਆਈਡਲ ਹੈ ਹਨਾ ਕਿ ਮੈਨੂੰ ਵੀ ਇੱਕ ਦਿਨ ਜਿਹੜਾ ਹੈਗਾ ਆਪਦਾ ਮਕਾਮ ਜਦੋਂ ਹਾਸਲ ਕਰਨਾ ਹੈ ਤੇ ਮੇਰਾ ਜਿਹੜਾ ਹੈਗਾ ਮੈਨੂੰ ਨਾ ਕਹਿਣ ਕਿ ਇਹ ਸਿੰਗਰ ਵਰਗਾ ਮਤਲਬ ਇਹਨਾਂ ਦੀ ਆਵਾਜ਼ ਇੰਨੀ ਅੱਛੀ ਹੈ ਹਨਾ ਤੇ ਤੁਸੀਂ ਕਿਸ ਨੂੰ ਮੰਨਦੇ ਹੋ ਅ ਦੇਖੋ ਜੀ ਮੈਂ ਇਹਦਾ ਆਨਸਰ ਇਦਾਂ ਦੇ ਸਕਦਾ ਕਿ ਮੈਂ ਸਾਰਿਆਂ ਨੂੰ ਹੀ ਸੁਣਦਾ ਜੀ ਹੈਨਾ ਇੰਡਸਟਰੀ ਦੇ ਵਿੱਚ ਜਿੰਨੇ ਵੀ ਪੁਰਾਣੇ ਲੈਜੈਂਡ ਸਿੰਗਰ ਹੈ ਕੁਝ ਸਾਡੇ ਚ ਨਹੀਂ ਰਹੇ ਤੇ ਬਾਕੀ ਸਾਰਿਆਂ ਦੀ ਲੰਬੀ ਉਮਰ ਹੋ ਗਈ ਹੈ ਨਾ ਜੀ ਸਭ ਨੂੰ ਸੁਣੀਦਾ ਪਰ ਸ਼ੁਰੂ ਦੇ ਵਿੱਚ ਜਿੱਦਾਂ ਮੈਂ ਸਕੰਦਰ ਸਾਹਿਬ ਦੇ ਗਾਣੇ ਬਹੁਤ ਸੁਣਦਾ ਹੁੰਦਾ ਸੀਗਾ ਤੇ ਖੈਰ ਉਹਨਾਂ ਨੂੰ ਕਦੇ ਮਿਲਣ ਦਾ ਮੌਕਾ ਤਾਂ ਨਹੀਂ ਮਿਲਿਆ ਪਰ ਇੱਕ ਦਿਲੋਂ ਜਿੱਦਾਂ ਹੁੰਦਾ ਸੀਗਾ ਕਿ ਉਹਨਾਂ ਦੇ ਗਾਣਿਆਂ ਨੂੰ ਗਾਣਾ ਪਰ ਫਿਰ ਮੈਂ ਉਹਨਾਂ ਦੇ ਕਾਫੀ ਨੇੜੇ ਪਹੁੰਚ ਗਿਆ ਸੀਗਾ ਮੇਰੇ ਖੰਨੇ ਤੋਂ ਮੇਰੇ ਗੁਰੂ ਜੀ ਕਮਲਪ੍ਰੀਤ ਪਾਸ਼ੀ ਜੀ ਉਹਨਾਂ ਦੇ ਨਾਲ ਮੇਰੀ ਮੁਲਾਕਾਤ ਹੋਈ ਤੇ ਉਹਨਾਂ ਨੇ ਮੈਨੂੰ ਫਿਰ ਐਜ਼ ਅ ਬੇਟਾ ਅਡੌਪਟ ਕਰ ਲਿਆ ਤੇ ਮੈਂ ਉਹਨਾਂ ਤੋਂ ਹੀ ਸ਼ੁਰੂਆਤ ਕੀਤੀ ਹੈ ਸਟੇਜੀ ਨੌਲੇਜ ਸਾਰੀ ਉਹਨਾਂ ਤੋਂ ਲਈ ਹੈ ਜੀ ਸੋ ਲਾਈਫਸਟਾਈਲ ਤਾਂ ਸਾਰਿਆਂ ਦਾ ਦੇਖੋ ਜੀ ਜਿਹੜਾ ਮਿਹਨਤ ਕਰਕੇ ਆਇਆ ਆਪਾਂ ਹਰ ਇੱਕ ਬੰਦੇ ਦੀ ਲਾਈਫਸਟਾਈਲ ਨੂੰ ਫੋਲੋ ਕਰਦੇ ਆ ਸੋ ਇਹ ਕੋਈ ਪਾਰਟਿਕੂਲਰ ਇੱਕ ਪਰਸਨ ਨਹੀਂ ਹੈ ਜੀ ਸਾਰਿਆਂ ਦੇ ਨਾਮ ਨਹੀਂ ਲੈ ਜਾਣਗੇ ਕਿਉਂਕਿ ਟਾਈਮ ਘੱਟ ਹੁੰਦਾ ਜੀ ਸੋ ਮੇਰਾ ਮਤਲਬ ਇਹ ਮੇਨ ਹੈ ਕਿ ਜਿਹੜਾ ਮਿਹਨਤ ਕਰਕੇ ਅੱਗੇ ਆਉਂਦਾ ਉਹਦੇ ਚ ਆਪਣੇ ਆਪ ਨੂੰ ਦੇਖ ਲੀਦਾ ਜੀ ਹਾਂਜੀ ਇੱਕ ਦਿਨ ਹੈਗਾ ਤੁਹਾਡੀ ਜੜੀ ਹੈਗੀ ਜੇ ਅਗਰ ਤੁਸੀਂ ਮਿਹਨਤ ਕਰਦੇ ਹੋ ਤਾਂ ਤੁਹਾਡੀ ਜਿਹੜੀ ਕਲਾ ਹੈਗੀ ਜ਼ਰੂਰ ਰੰਗ ਦਿਖਾਉਂਦੀ ਹੈ ਹਨਾ ਤੇ ਫਿਰ ਤੁਸੀਂ ਰਿਆਜ਼ ਨੂੰ ਕਿੰਨਾ ਕੁ ਟਾਈਮ ਦਿੰਦੇ ਹੋ ਰਿਆਜ਼ ਦਾ ਇਦਾਂ ਹੈ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਂ ਕਨਮਾਚੇ ਨੂੰ ਬਿਲੋਂਗ ਕਰਦਾ ਪਰ ਲਾਸਟ ਰਾਉਂਡ 9 9 10 ਸਾਲ ਤੋਂ ਮੈਂ ਇੱਥੇ ਮੋਹਾਲੀ ਚੰਡੀਗੜ੍ਹ ਚੀ ਮਤਲਬ ਰਹਿ ਰਿਹਾ ਹੈਗਾ ਤੇ ਪ੍ਰੈਜ਼ੈਂਟਲੀ ਮੈਂ ਬਿਜ਼ਨਸ ਵੀ ਕਰ ਰਿਹਾ ਜੀ ਤੇ ਨਾਲ ਨਾਲ ਮੇਰਾ ਇਹ ਕੰਮ ਚੱਲ ਰਿਹਾ ਜੀ ਤੇ ਰਿਆਜ਼ ਦਾ ਬੇਸਿਕਲੀ ਫੋਕਸ ਜਿਹੜਾ ਹੋਇਆ ਲਾਸਟ 3 ਸਾਲ ਤੋਂ ਵੀ ਹੋਇਆ ਜੀ ਤੇ ਹੁਣ ਡੇਲੀ ਮੈਨੂੰ ਘੰਟਾ ਡੇਢ ਘੰਟਾ ਮਿਲ ਜਾਂਦਾ ਜੀ ਟਾਈਮ ਕੱਢ ਕੇ ਚਾਹੇ ਜਿਵੇਂ ਗੱਡੀ ਚ ਜਾਣਾ ਤਾਂ ਗੁਣਗਣਾਲੀ ਦਾ ਤੇ ਇੱਕ ਇਹ ਕਹਿ ਸਕਦੇ ਆ ਕਿ ਇੱਕ ਘੰਟਾ ਰੋਜ਼ ਦੇਈਦਾ ਜੀ ਆਪਣੇ ਆਪ ਨੂੰ ਮਤਲਬ ਤੁਸੀਂ ਕੋਈ ਟਾਈਮ ਫਿਕਸ ਨਹੀਂ ਕੀਤਾ ਜੇ ਆ ਮਾਰਨਿੰਗ ਹੀ ਕਰਨਾ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਹਨਾ ਇਦਾਂ ਦਾ ਕੁਝ ਨਹੀਂ ਹੈ ਜਦੋਂ ਵੀ ਟਾਈਮ ਮਿਲਦਾ ਤੇ ਆਪਣੇ ਇਮਾਨਦਾਰੀ ਨਾਲ ਆਪਣੇ ਆਪ ਨੂੰ ਜ਼ਰੂਰ ਟਾਈਮ ਦੇ ਦਿੰਦਾ ਜੀ ਸਰ ਜਿਸ ਤਰ੍ਹਾਂ ਕਿ ਤੁਸੀਂ ਨਾ ਦੂਰਦਰਸ਼ਨ ਦਾ ਕਾਫੀ ਫੇਮਸ ਪ੍ਰੋਗਰਾਮ ਸੀ ਗੱਲਿਸ਼ਕਾਰਾਂ ਤੇ ਤੁਸੀਂ ਉਹਦੇ 'ਚ ਵੀ ਪਰਫਾਰਮ ਕੀਤਾ ਹਨਾ ਆਪਾਂ ਜੇ ਗੱਲ ਕਰ ਲਈਏ ਕਿ ਲਿਸ਼ਕਾਰਾ ਜਿਹੜਾ ਹੈਗਾ ਇੱਕ ਅਜਿਹਾ ਪ੍ਰੋਗਰਾਮ ਸੀਗਾ ਜਿਨ੍ਹਾਂ ਨੇ ਨਾ ਸਾਡੇ ਸਿੰਗਰਾਂ ਨੂੰ ਇੱਕ ਪਲੇਟਫਾਰਮ ਦਿੱਤਾ ਹਨਾ ਆਪਾਂ ਜੇ ਗੱਲ ਕਰ ਲਈਏ ਹਰਭਜਨ ਮਾਨ ਦੀ ਗੁਰਦਾਸ ਮਾਨ ਦੀ ਸਤਵਿੰਦਰ ਬਿੱਟੀ ਦੀ ਤਾਂ ਸਾਰੇ ਜਿਹੜੇ ਅੱਜ ਜੇ ਉਹਨਾਂ ਨੂੰ ਉਹ ਮਕਾਮ ਮਿਲਿਆ ਤਾਂ ਜਿਹੜੇ ਹੈਗੇ ਦੂਰਦਰਸ਼ਨ ਨਾਲ ਜੁੜੇ ਲੋਕ ਜਾਂ ਉਹ ਦੂਰਦਰਸ਼ਨ ਦੇ ਦਰਸ਼ਕਾਂ ਦੁਆਰਾ ਹਨਾ ਤੇ ਤੁਸੀਂ ਵੀ ਪਰਫਾਰਮ ਕੀਤਾ ਤੇ ਜਿਹੜੀ ਉਹ ਪਰਫਾਰਮੈਂਸ ਆ ਉਸ ਤੋਂ ਬਾਅਦ ਤੁਹਾਨੂੰ ਦਰਸ਼ਕਾਂ ਦਾ ਜਿਹੜਾ ਕਿਵੇਂ ਦਾ ਹੰਗਾਰਾ ਮਿਲਿਆ ਅ ਦੇਖੋ ਇੱਕ ਮੈਂ ਜਿਵੇਂ ਦੱਸਿਆ ਸਿਕੰਦਰ ਸਾਹਿਬ ਦਾ ਜ਼ਿਕਰ ਹੋਇਆ ਤਾਂ ਮੈਂ ਬੜਾ ਲੱਕੀ ਆ ਜੀ ਮੈਂ ਅੱਜ ਇਹ ਗੱਲ ਤੁਹਾਡੇ ਸਾਹਮਣੇ ਦੱਸਾਂਗਾ ਜਦੋਂ ਮੈਨੂੰ ਮੌਕਾ ਮਿਲਿਆ ਦੂਰਦਰਸ਼ਨ ਤੇ ਜਾਣ ਦਾ ਅ ਸ਼੍ਰੀ ਆਪਣਾ ਕਲਮ ਗਹੂਣ ਜੀ ਦੇ ਉਹਨਾਂ ਦੇ ਹੀ ਲਿਖਿਆ ਹੋਇਆ ਗਾਣਾ ਮੈਂ ਬਹੁਤ ਹੀ ਵਧੀਆ ਰਾਈਟਰ ਨੇ ਸਾਡੇ ਬਲਾਚੌਰ ਤੋਂ ਉਹਨਾਂ ਦਾ ਲਿਖਿਆ ਗਾਣਾ ਕਿਹੜੀ ਗੱਲ ਤੋਂ ਲਿਖਾਈ ਫਿਰੇ ਨਾ ਮਿੱਤਰਾਂ ਦਾ ਬਾਂਹ ਦੇ ਉੱਤੇ ਉਹ ਗਾਣਾ ਮੈਂ ਫਸਟ ਟਾਈਮ ਦੂਰਦਰਸ਼ਨ ਤੇ ਪਰਫਾਰਮ ਕੀਤਾ ਪਰ ਜਦੋਂ ਮੈਂ ਦੂਰਦਰਸ਼ਨ ਤੇ ਗਿਆ ਹੂੰ ਮੈਂ ਇੰਨਾ ਲੱਕੀ ਸੀਗਾ ਕਿ ਮੇਰੇ ਤੋਂ ਬਾਅਦ ਸਕੰਦਰ ਸਾਹਿਬ ਦਾ ਰਿਕਰਡ ਸ਼ੂਟ ਹੋ ਰਿਹਾ ਸੀਗਾ ਹਾਂਜੀ ਕਿਤੇ ਨਾ ਕਿਤੇ ਤੁਸੀਂ ਆਪਦੇ ਜਿਹੜੇ ਹੈਗੇ ਆ ਆਈਡਲ ਉਹਨਾਂ ਨੂੰ ਵੀ ਮਿਲੀ ਮੇਰਾ ਦਿਨ ਮਤਲਬ ਕਹਿ ਲਓ ਕਿ ਇੱਕ ਡ੍ਰੀਮ ਪੂਰਾ ਹੋ ਗਿਆ ਮੈਂ ਉਹਨਾਂ ਦੇ ਪੈਰੀਂ ਹੱਥ ਲਾ ਕੇ ਤੇ ਮੈਨੂੰ ਬੜੀ ਖੁਸ਼ੀ ਹੋਈ ਜ਼ਿੰਦਗੀ 'ਚ ਮਤਲਬ ਇਦਾਂ ਸੋਚਿਆ ਨਹੀਂ ਸੀਗਾ ਕਿ ਇੱਕ ਮੈਂ ਗਾ ਕੇ ਹਟਾਂਗਾ ਤੇ ਨਾਲ ਦੀ ਨਾਲ ਗੁਰੂ ਜੀ ਆਣਗੇ ਸਾਹਮਣੇ ਤੇ ਉਹ ਪਰਫਾਰਮ ਕਰਨਗੇ ਸਟੇਜ ਤੇ ਤੇ ਫਿਰ ਸਾਨੂੰ ਇਹ ਹੈ ਕਿ ਥੋੜਾ ਜਿਹਾ ਉਹ ਸੌਂਗ ਵੀ ਸੁਣਾ ਦਿਓ ਹਨਾ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਹਾਂ ਤਾਂ ਤੋ ਖੜ ਜਾ ਮੈਂ ਸਾਨੂੰ ਨਹੀਂ ਤੂੰ ਸ਼ਰਮ ਰੋਕ ਕੇ ਲੋਕੀ ਕਰਨਗੇ ਗੱਲਾਂ ਨਹੀਂ ਤੂੰ ਗੱਲ ਕਰ ਸੋਚ ਕੇ ਕਾਹ ਤੋ ਕਰੇ ਬਦਨਾਮ ਥਾਂ ਥਾਂ ਨਹੀਂ ਮਿੱਤਰਾਂ ਦਾ ਬਾਂਦੇ ਉੱਤੇ ਕਿਹੜੀ ਗੱਲ ਤੋਂ ਲਖਾਈ ਫਿਰੇ ਨਾ ਨਹੀਂ ਮਿੱਤਰਾਂ ਦਾ ਬਾਂਦੇ ਉੱਤੇ ਕਿਹੜੀ ਗੱਲ ਤੋਂ ਲਖਾਈ ਫਿਰੇ ਨਾ ਨਹੀਂ ਮਿੱਤਰਾਂ ਦਾ ਬਾਂਦੇ ਉੱਤੇ ਬਹੁਤ ਖੂਬਸੂਰਤ ਸਰ ਜਿਸ ਤਰ੍ਹਾਂ ਕਿ ਨਾ ਮਤਲਬ Song ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੱਕ ਥੀਮ ਹੁੰਦਾ ਕਿਸੇ ਨਾ ਕਿਸੇ ਥੀਮ ਨੂੰ ਲੈ ਕੇ ਚੱਲਦੇ ਆ ਹਨਾ ਤੁਹਾਡੀ ਜਿਹੜੀ Song ਸਿਲੈਕਸ਼ਨ ਹੁੰਦੀ ਆ ਉਹ ਕਿੱਦਾਂ ਹੁੰਦੀ ਆ ਵੀ ਜਿਵੇਂ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਹੋ Song ਜਦੋਂ ਸਿਲੈਕਟ ਕਰਦੇ ਹੋ ਦੇਖੋ ਜੀ ਮੈਂ ਗਾਉਣਾ ਤਾਂ ਜਿੰਨਾ ਕੁ ਵੀ ਹੈ ਚਲੋ ਹਰ ਵਜੇ ਸਿੱਖ ਰਿਹਾ ਤਾਂ ਸਮੁੰਦਰ ਹੈ ਨਾ ਜੀ ਸਾਰੀ ਜ਼ਿੰਦਗੀ ਬੰਦਾ ਸਿੱਖਦਾ ਹੈ ਪਰ ਮੈਨੂੰ ਲਿਖਣ ਦਾ ਵੀ ਸ਼ੌਂਕ ਹੈ ਇਹ ਮੇਰਾ ਜਿਹੜਾ ਇਹ ਇਹ ਗਾਣਾ ਗਹੁੰਜੀ ਨੇ ਦਿੱਤਾ ਸੀ ਕਲਮ ਜੀ ਨੇ ਪਰ ਉਸ ਤੋਂ ਬਾਅਦ ਜਿਹੜਾ ਪਬਲਿਕਲੀ ਮੇਰਾ ਡੈਬਿਊ Song ਸੀਗਾ ਤੇਰੀ ਹੋ ਗਈ ਜਿਹੜਾ ਉਹ ਮੇਰਾ ਆਪ ਦਾ ਲਿਖਿਆ ਹੋਇਆ ਗਾਣਾ ਸੀਗਾ ਜਿਹੜਾ 2018 ਦੇ ਵਿੱਚ ਗਾਣਾ ਮੇਰਾ ਰਿਲੀਜ਼ ਹੋਇਆ ਸੁਆਮੀ ਜੀ ਨੇ ਯਾਰ ਸੁਆਮੀ ਜੀ ਦਾ ਵੀਡੀਓ ਸੀ ਤੇ ਜੌਨੀ ਵਿੱਕ ਜੀ ਦਾ ਮਿਊਜ਼ਿਕ ਸੀਗਾ ਸੋ ਜਦੋਂ ਮੈਂ ਮੈਟਰ ਨੂੰ ਸਿਲੈਕਟ ਕਰਦਾ ਬੇਸਿਕਲੀ ਮੈਂ ਉਹਦੇ 'ਚ ਇਹ ਚੀਜ਼ਾਂ ਦਾ ਧਿਆਨ ਰੱਖਦਾ ਕਿ ਕੋਈ ਕਹੇ ਜਾਂ ਲਫ਼ਜ਼ ਨਾ ਹੋਵੇ ਜਿਹੜਾ ਕਿਸੇ ਦੇ ਦਿਲ ਨੂੰ ਮਤਲਬ ਦੁਖੀ ਕਰੇ ਜਾਂ ਆਪਾਂ ਕਹਿ ਲਈਏ ਕਿ ਜਿਹੜਾ ਸਾਡੇ ਯੂਥ ਨੂੰ ਪਸੰਦ ਨਾ ਹਾਂ ਯੂਥ ਨੂੰ ਗਲਤ ਪਾਸੇ ਨਾ ਲੈ ਕੇ ਜਾਵੇ ਜਾਂ ਮੇਰੇ ਕੋਲੋਂ ਕੋਈ ਐ ਜੀ ਕੋਈ ਗਲਤੀ ਨਾ ਹੋ ਜਾਈ ਜਿਹਦੇ ਕਰਕੇ ਮੈਨੂੰ ਵੀ ਉਸ ਚੀਜ਼ ਦਾ ਨੁਕਸਾਨ ਹੋਵੇ ਸੋ ਇੱਕ ਸਾਫ ਸੁਥਰਿਆ ਜਿਹਾ ਮੈਟਰ ਸਿਲੈਕਟ ਕਰਕੇ ਲਈ ਕਿ ਜੇ ਉਹ ਗਾਣਾ ਰੋਮਾਂਟਿਕ ਹੈ ਤਾਂ ਉਹਦੇ ਵਿੱਚ ਕੁਝ ਉਹਦੇ ਚ ਵੀ ਸੱਚਾਈ ਕੁਝ ਅੱਛਾ ਹੋਣਾ ਚਾਹੀਦਾ ਫੇਕ ਨਹੀਂ ਹੋਣਾ ਚਾਹੀਦਾ ਜੇ ਉਹ ਆਪਣੇ ਆਪ ਨੂੰ ਜਿੱਦਾਂ ਕਹ ਲਓ ਬਲੱਡ ਨੂੰ ਕਰਦਾ ਹੈਗਾ ਪਰ ਪ੍ਰਮੋਟ ਕਰਦੇ ਆਪਾਂ ਹੈਨਾ ਚੀਜ਼ਾਂ ਨੂੰ ਸੋ ਦੈਟ ਕਿ ਮੈਂ ਵਧੀਆ ایسی ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਹੀ ਕਰਦਾ ਹੁੰਦਾ ਹਾਂ ਜੀ ਅੱਛੀ ਗੱਲ ਆ ਸਰ ਕਿ ਤੁਸੀਂ ਜਦਾਂ Song ਸਿਲੈਕਟ ਕਰਦੇ ਹੋ ਹਨ ਮੈਟਰ ਦਾ ਧਿਆਨ ਰੱਖਦੇ ਹੋ ਨਹੀਂ ਤਾਂ ਆਪਾਂ ਦੇਖਦੇ ਆ ਨਾ ਕਈ ਗਾਣੇ ਜਿਵੇਂ ਮਾਰਕੀਟ ਵਿੱਚ ਵਿੱਚ ਐਵੇਂ ਦੇ ਆ ਗਿਆ ਹਥਿਆਰਾਂ ਨਾਲ ਜੁੜੇ ਹੋਏ ਆ ਜਾਂ ਕੁਛ ਕੀ ਕਿਤੇ ਨਾ ਕਿਤੇ ਜਿਹੜੀ ਹੈਗੀ ਸਾਡੀ ਯੂਥ ਨੂੰ ਪਟਕਾਉਂਦੇ ਆ ਹਨ ਤੁਹਾਡਾ ਅੱਛਾ ਹੈ ਕਿ ਤੁਸੀਂ ਮੈਟਰ ਦਾ ਬਹੁਤ ਧਿਆਨ ਰੱਖਦੇ ਹੋ ਹਨ ਫਿਰ ਤੁਹਾਡੇ ਮੈਂ ਜਾਨਣਾ ਚਾਹੁੰਗੀ ਕਿ ਕਿੰਨੇ ਕੁ Song ਆ ਜਿਹੜੇ ਹੁਣ ਤੱਕ ਮਾਰਕੀਟ ਵਿੱਚ ਆ ਚੁੱਕੇ ਆ ਮੇਰਾ ਜੀ ਇਸ ਤੋਂ ਪਹਿਲਾਂ ਤੇਰੀ ਹੋਗੀ ਗਾਣਾ ਡੈਬਿਊ Song ਸੀਗਾ ਫਿਰ ਉਸ ਤੋਂ ਬਾਅਦ ਮੇਰਾ ਗਾਣਾ ਹੁਣੀ ਲਾਸਟ ਬਾਰਬੀਕਿਊ ਗਾਣਾਂ ਸਿੰਘੇ ਵੀਰੇ ਨਾਲ ਕੀਤਾ ਸੀਗਾ ਜੀ ਤੇ ਇੱਕ ਸ਼ਰਾਫਤ ਗਾਣਾ ਉਹ ਮੈਂ ਦਸਾਂਗਾ ਕਿ ਮੈਂ ਗਾਣਾ ਜਿਹਦਾ ਰੈਡੀ ਹੋ ਗਿਆ ਸੀਗਾ ਹਨਾ ਆਪਾਂ ਰਿਲੀਜ਼ ਕਰਨਾ ਸੀਗਾ ਕੁਝ ਪਤਾ ਨਹੀਂ ਹੁਣ ਕਿਹੜਾ ਮੇਰਾ ਭਰਾ ਸੀਗਾ ਗਾਣਾ ਮੇਰਾ ਲੀਕ ਹੋ ਗਿਆ ਹੈ ਨਾ ਜੀ ਸੋ ਮੇਰਾ ਮਨ ਇੰਨਾ ਖਰਾਬ ਹੋਇਆ ਕਿ ਮੈਂ ਬੜੀਆਂ ਆਸਾਂ ਲਾਈਆਂ ਸੀ ਗਾਣੇ ਦੇ ਉੱਤੇ ਐਲਡੀ ਵਿਰੇ ਦਾ 뮤직 ਸੀਗਾ ਸੋ ਮਤਲਬ ਫਿਰ ਮੈਂ ਰਿਲੀਜ਼ ਨਹੀਂ ਕੀਤਾ ਹੁਣ ਉਹਨੂੰ ਥੋੜਾ ਬ੍ਰੇਕ ਕਰਕੇ ਅੱਗੇ ਤੋਂ ਕੁਝ ਨਵਾਂ ਉਹਦੇ ਚ ਐਡ-ਆਨ ਕਰਕੇ ਮੈਂ ਨੈਕਸਟ ਮੰਥ ਉਹ ਕਰ ਰਿਹਾ ਹੈਗਾ ਜੀ ਤੇ ਮੇਰੇ ਤਿੰਨ ਗਾਣੇ ਆ ਚੁੱਕੇ ਨੇ ਜੀ ਠੀਕ ਹੈ ਜੀ ਓਕੇ ਤੇ ਸਰ ਮਤਲਬ ਜਦੋਂ ਤੁਸੀਂ ਗਾਉਂਦੇ ਹੋ ਹਨਾ ਇੱਕ ਹੁੰਦਾ ਰਿਕਾਰਡਡ ਲਾਈਕ ਆਪਾਂ ਕਿਤੇ ਵੀ ਗਏ ਆ ਕਿਸੇ ਮੇਲੇ 'ਚ ਮੰਨ ਲਓ ਤੁਸੀਂ ਗਏ ਹੋ ਰਿਕਾਰਡਿੰਗ ਕੀਤਾ ਤਾਂ ਰਿਕਾਰਡਿੰਗ ਲਗਾ ਦਿੱਤੀ ਜਾਂਦੀ ਹੈ ਨਾ ਇੱਕ ਹੁੰਦਾ ਲਾਈਵ ਜਿੱਥੇ ਤੁਸੀਂ ਤੁਹਾਡੀ ਖੁਦ ਦੀ ਜਿਹੜੀ ਹੈਗੀ ਯੋਗਤਾ ਹਨਾ ਸਾਰੇ ਦਰਸ਼ਕਾਂ ਦੇ ਸਾਹਮਣੇ ਆਉਂਦੀ ਹੈ ਤੇ ਤੁਸੀਂ ਕਿਹੜੀ ਚੀਜ਼ ਨੂੰ ਪਹਿਲ ਦਿੰਦੇ ਹੋ ਲਾਈਵ ਗਾਉਣਾ ਜਾਂ ਰਿਕਾਰਡਡ ਅ ਦੇਖੋ ਜੀ ਮੇਰੇ ਹਿਸਾਬ ਨਾਲ ਰਿਕਾਰਡਡ ਗਾਉਣਾ ਤਾਂ ਕੋਈ ਨੀ ਸਿੰਗਰ ਨਹੀਂ ਕਹਾਂਗੇ ਹਨਾ ਆਪਾਂ ਔਰ ਮੈਨੂੰ ਇੰਨਾ ਕ ਫੇਕ ਲੱਗਦਾ ਮੈਨੂੰ ਇੱਕ ਦੋ ਵਾਰ ਮੈਂ ਗਿਆ ਕਿਸੇ ਕਲੱਬ 'ਚ ਉੱਥੇ ਗਾਣਾ ਪਲੇ ਹੋਇਆ ਤੇ ਮੈਨੂੰ ਤੁਸੀਂ ਯਕੀਨੀ ਮੰਨੋਗੇ ਮੈਂ ਜਦੋਂ ਗਾ ਰਿਹਾ ਸੀਗਾ ਮੈਨੂੰ ਐ ਲੱਗੇ ਵੀ ਮੈਂ ਕੀ ਕਰ ਕੀ ਰਿਹਾ ਲਿਪਸਿੰਗ ਕਰਨੀ ਹੈ ਹਨਾ ਸੋ ਮਤਲਬ ਮੈਨੂੰ ਲਾਈਵ ਗਾਉਣਾ ਵਧੀਆ ਲੱਗਦਾ ਤੇ ਅੱਜ ਤੱਕ ਮੇਰੇ YouTube ਤੇ ਪਏ ਨੇ ਜੀ ਕਾਫੀ ਪ੍ਰੋਗਰਾਮ ਪਏ ਨੇ ਜਿੰਨਾ ਕ ਮੇਰੇ ਜਾਣਨ ਵਾਲੇ ਮੈਨੂੰ ਜਾਣਦੇ ਨੇ ਮੈਂ ਲਾਈਵ ਵੀ ਗਾਉਣਾ ਜੀ ਸਟੇਜ ਤੇ ਮੋਸਟਲੀ ਹਾਂ ਜੀ ਤੇ ਜਦੋਂ ਤੁਸੀਂ ਲਾਈਵ ਗਾਉਂਦੇ ਹੋ ਹਨਾ ਕੋਈ ਇਹੋ ਜਿਹਾ ਪਲ ਕੋਈ ਇਹੋ ਜਿਹਾ ਇਨਸੀਡੈਂਟ ਜਿਹੜਾ ਤੁਹਾਨੂੰ ਬਹੁਤ ਖੁਸ਼ੀ ਦਿੰਦਾ ਹੋਵੇ ਹਨਾ ਕਿਤੇ ਹੋਇਆ ਹੋਵੇ ਤੇ ਉਹ ਵੀ ਦੱਸੋ ਮੈਂ ਜੀ 2014 ਜਾਂ 13 ਦੀ ਗੱਲ ਹੈ ਮੈਂ ਖੰਨੇ ਦੇ ਵਿੱਚ ਕਿਸੇ ਮੇਲੇ ਦੇ ਉੱਤੇ ਗਉਣ ਗਿਆ ਤੇ ਉੱਥੇ ਕਾਫੀ ਵੱਡੇ ਸਟਾਰ ਸਿੰਗਰਸ ਆਏ ਸੀਗੇ ਤੇ ਪਰਫਾਰਮ ਕਰ ਰਹੇ ਸੀਗੇ ਮੈਨੂੰ ਜਿਹੜੇ ਲੈ ਕੇ ਗਏ ਸੀਗੇ ਕਿ ਹਾਂ ਤੈਨੂੰ ਅਸੀਂ ਸਟੇਜ ਤੇ ਟਾਈਮ ਦਵਾਂਗੇ ਗਾਉਣ ਦਾ ਸੋ ਤੁਹਾਨੂੰ ਪਤਾ ਹੈ ਜੀ ਜਦੋਂ ਕੋਈ ਜਾਣਦਾ ਨਹੀਂ ਹੈਗਾ ਐਂ ਟਾਈਮ ਤਾਂ ਮਿਲਦਾ ਨਹੀਂ ਚਲੋ ਮੈਂ ਲੱਕੀ ਸੀਗਾ ਮੈਨੂੰ ਮੌਕਾ ਮਿਲ ਗਿਆ ਤੇ ਜਦੋਂ ਨੈਕਸਟ ਸਿੰਗਰ ਨੇ ਆਉਣਾ ਸੀਗਾ ਉਹਨਾਂ ਦੇ ਜਿਹੜੇ ਮਿਊਜ਼ੀਸ਼ੀਅਨ ਸੀਗੇ ਉਹ ਸੈਟਿੰਗ ਕਰ ਰਹੇ ਸੀ ਉਹਨਾਂ ਨੇ ਨਾਲ ਨਾਲ ਮੈਨੂੰ ਗਾਣ ਦਾ ਮੌਕਾ ਦਿੱਤਾ ਤੇ ਜਦੋਂ ਮੈਂ ਗਾਣਾ ਸ਼ੁਰੂ ਕੀਤਾ ਤੇ ਮੈਨੂੰ ਫੀਲ ਹੋਇਆ ਕਿ ਮੈਨੂੰ ਉਹ ਬਾਹਰ ਕਰ ਰਹੀ ਸੀ ਗਾਣੇ ਤੋਂ ਤਾਲ ਤੋਂ ਬਾਹਰ ਕਰ ਰਹੀ ਸੀ ਫਿਰ ਉਹ ਜਿਹੜੀ ਆਡੀਅנס ਬੈਠੀ ਜੀ ਉਹਨਾਂ ਚੋਂ ਕੋਈ ਇੱਕ ਲੇਡੀ ਉੱਠ ਕੇ ਆਏ ਉਹਨਾਂ ਨੇ ਕਿਹਾ ਬੰਦ ਕਰ ਦਿਓ ਸਾਊਂਡ ਹੈਨਾ ਉਹਨਾਂ ਨੇ ਮਿਊਜ਼ੀਸ਼ੀਅਨਸ ਨੂੰ ਬੰਦ ਕਰਵਾ ਦਿੱਤਾ ਤੇ ਮੈਂ ਮਾਈਕ ਤੇ ਗਾਇਆ ਤੇ ਮੇਰੇ ਨਾਲ ਸਾਰਾ ਹਾਲ ਕਲਾਪਿੰਗ ਕਰਨ ਲੱਗ ਗਿਆ ਤੇ ਮੈਨੂੰ ਉਦੋਂ ਮਤਲਬ ਮੈਨੂੰ ਯਾਦ ਹੈ ਕਿ ਮੇਰੀ ਟੀ-ਸ਼ਰਟ ਪਾਈ ਹੋਈ ਸੀ ਮੇਰੀ ਟੀ-ਸ਼ਰਟ ਨੂੰ ਅੱਗੇ ਖਿੱਚ ਕੇ ਤੇ ਉਹਦੇ ਵਿੱਚ ਪੈਸੇ ਪਾਣ ਲੱਗੇ ਸੀ ਲੋਕ ਉਹ ਮੇਰੀ ਲਾਈਫ ਦਾ ਇੱਕ ਇਹੋ ਜਿਹਾ ਮਤਲਬ ਕਹਿ ਲੋ ਪਲ ਸੀਗਾ ਜਿਹਨੇ ਮੈਨੂੰ ਹੋਰ ਜ਼ਿਆਦਾ ਪਾਵਰ ਦਿੱਤੀ ਤੇ ਤੁਹਾਨੂੰ ਇੱਕ ਹੌਸਲਾ ਮਿਲਿਆ ਹਾਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਹੌਸਲਾ ਕਿਉਂਕਿ ਇਹਨਾਂ ਅਲੱਗ ਏਰੀਆ ਚ ਗਏ ਆ ਉੱਥੇ ਮੈਨੂੰ ਇਹਨਾਂ ਪਿਆਰ ਮਿਲਿਆ ਹਾਂਜੀ ਹਾਂਜੀ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਜੀ ਕਦੇ ਤੇ ਤੁਸੀਂ ਨਾ ਗੱਲ ਕੀਤੀ ਸੀਗੀ ਬਾਰਬੀਕਿਊ ਦੀ ਤੇ ਮੈਂ ਨਾ Song ਸੁਣ ਰਹੀ ਸੀਗੀ ਤੇ ਉਹਦਾ ਜਿਹੜਾ ਮੈਟਰ ਆ ਨਾ ਬਹੁਤ ਡਿਫਰੈਂਟ ਜਿਹਾ ਹੈ ਹਾਂ ਤੇ ਉਹ ਕਨਸੈਪਟ ਕਿਦਾਂ ਤੁਹਾਡੇ ਦਿਮਾਗ 'ਚ ਆਇਆ ਅ ਕਨਸੈਪਟ ਦਾ ਇਦਾਂ ਹੈ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਨਾ ਕਿ ਕਾਫੀ ਚੂਜ਼ੀ ਚੀਜ਼ਾਂ ਮੈਂ ਕਲਿੱਕ ਨੂੰ ਲੱਗਦਾ ਕਿ ਜਿਹੜੀਆਂ ਕਲਿੱਕ ਹੋਣ ਛਿੱਤੀ ਐਵੇਂ ਮੇਰੀ ਸਿੰਘਾ ਵੀਰਾ ਅੱਜ ਕੱਲ ਸਾਰੇ ਜਾਣਦੇ ਆ ਜੀ ਤੇ ਸਿੰਘਾ ਵੀਰਾ ਮੇਰੇ ਆਪਾ ਭਰਾਵਾਂ ਵਾਂ ਵਾਂਗੂ ਹੈਗੇ ਨਾ ਤੇ ਉਹਨਾਂ ਨੇ ਮੈਂ ਬਾਈ ਜੀ ਨੂੰ ਕਿਹਾ ਕਿ ਮੈਂ ਗਾਣਾ ਕਰਨਾ ਤੇ ਇੱਦੀ ਗੱਡੀ 'ਚ ਬੈਠੇ ਸੀ ਬੈਠੇ-ਬੈਠੇ ਬਾਈ ਜੀ ਕਹਿੰਦੇ ਕਰਨਵੀਰਾ ਪਿਆ ਹੈਗਾ ਮੈਟਰ ਇਹ ਦੇਖ ਕੇ ਮੈਨੂੰ ਲੱਗਦਾ ਸੋ ਉਹ ਉਸ ਦਿਨ ਉਹ ਗੱਲ ਹੋਈ ਤੇ ਨੈਕਸਟ ਡੇ ਗਾਣਾ ਆਪਾਂ ਰਿਕਾਰਡ ਕਰ ਦਿੱਤਾ ਜੀ ਬਸ ਉਹ ਵੀ ਹੁਣ ਮੇਰੇ ਨਾਲ ਪਤਨੀ ਕਿਉਂ ਮੇਰਾ ਬੈਡ ਲੱਕ ਹੈ ਉਹ ਵੀ ਗਾਣਾ ਮਤਲਬ ਇਹ ਜੀ ਮੂਮੈਂਟ ਤੇ ਆਗੇ ਸੀ ਕਿ ਵੀ ਮਤਲਬ ਗਾਣਾ ਮੇਰਾ 4-5 ਲੋਕਾਂ ਕੋਲ ਮੈਂ ਸੁਣ ਲਿਆ ਸੀ ਗੱਡੀਆਂ 'ਚ ਮੋਹਾਲੀ 'ਚ ਫਿਰ ਆਪਾਂ ਨੂੰ ਡਿਸੀਜਨ ਲੈਣਾ ਪਿਆ ਆਪਾਂ ਬਿਨਾ ਵੀਡੀਓ ਤੋਂ ਗਾਣਾ ਉਹ ਰਿਲੀਜ਼ ਕਰਤਾ ਬਹੁਤ ਪਿਆਰ ਮਿਲਿਆ ਟਿਕਟੌਕ ਤੇ ਵੀ YouTube ਤੇ ਵੀ ਚਲੋ ਹੁਣ ਅੱਗੇ ਆਪਾਂ ਉਹਦਾ ਵੀਡੀਓ ਕਰ ਰਹੇ ਹੈਗੇ ਆ ਤੇ ਉਮੀਦ ਕਰਾਂਗਾ ਸਾਰਿਆਂ ਅੱਗੇ ਕਿ ਉਹਨੂੰ ਪਸੰਦ ਕਰਨ ਤੇ ਇਹ ਕਰ ਰਹੇ ਆ ਜੀ ਅੱਗੇ ਮਤਲਬ ਵੀਡੀਓ ਰਣਵੀਰ ਜੀ ਦਾ ਜਿਹੜਾ ਬਾਰਬੀਕਿਊ Song ਹੈ ਨਾ ਬਹੁਤ ਹੀ ਡਿਫਰੈਂਟ ਹੈ ਉਹਦਾ ਮੈਟਰ ਹੈਗਾ ਜਿਹੜਾ ਬਹੁਤ ਹੀ ਡਿਫਰੈਂਟ ਹੈ ਆਪਾਂ ਜਰੂਰ ਸੁਣਾਗੇ ਪਰ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ ਤੇ ਮਿਲਦੇ ਆਂ ਬ੍ਰੇਕ ਤੋਂ ਬਾਅਦ ਸਾਡਾ 스타 ਪ੍ਰੋਗਰਾਮ ਵਿੱਚ ਫਿਰ ਤੋਂ ਸਵਾਗਤ ਹੈ ਜਿਸ ਤਰ੍ਹਾਂ ਕਿ ਸਾਡੇ ਨਾਲ ਸਾਡੇ 스타 ਜੁੜੇ ਅੱਜ ਰਣਵੀਰ ਤੇ ਦਰਸ਼ਕੋ ਜਿਸ ਤਰ੍ਹਾਂ ਕਿ ਮੈਂ ਬ੍ਰੇਕ ਤੋਂ ਪਹਿਲਾਂ ਨਾ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਇਹਨਾਂ ਦਾ ਜਿਹੜਾ ਬਾਰਬੀਕਿਊ Song ਹੈ ਨਾ ਉਹਦਾ ਜਿਹੜਾ ਮੈਟਰ ਬਹੁਤ ਡਿਫਰੈਂਟ ਹੈ ਤੇ ਉਹ ਤੁਹਾਨੂੰ ਜ਼ਰੂਰ ਸੁਣਾਵਾਂਗੇ ਤਾਂ ਰਣਵੀਰ ਜੀ ਤੁਸੀਂ ਸੁਣਾਓ ਜੀ ਉਹ ਵਾਲਾ Song ਵੀ ਹਾਂਜੀ ਸੁਣਾਵਾਂਗਾ ਵੀ ਤੇ ਸਾਰੇ ਸੁਣਿਓ ਵੀ ਦੁਬਾਰਾ ਹਨਾ ਜੀ ਮੁੰਡਿਆਂ ਚੋਂ ਮੁੰਡਾ ਇੱਕ ਮੁੰਡਾ ਬੱਲੀਏ ਲੋਕਾਂ ਦੀ ਨਿਗਾ ਚ ਜਿਹੜਾ ਗੁੰਡਾ ਬੱਲੀਏ ਦਿਲ ਪੱਥਰ ਤੇ ਜਿਗਰਾ ਪਹਾੜ ਰੱਖਦਾ ਬਾਰਬੀਕਿਊ ਚ ਬੰਦੇ ਰਾੜ ਰੱਖਦਾ ਗੱਲ ਸੁਣ ਕੇ ਕਰੋਗੇ ਪੂਰਾ ਗੌਰ ਮੁੰਡੇ ਤੇ ਨਵੇਂ ਹੀ ਚਲਾਤੇ ਕਹਿੰਦੇ ਦੌਰ ਮੁੰਡੇ ਨੇ ਵੈਰੀਆਂ ਦੇ ਦਿਲਾਂ ਉੱਤੇ ਰਾਜ ਕਰਦਾ ਸੁਣਿਆ ਮਹਾਲੀ ਬੱਲ ਹੁੰਦਾ ਬੱਲੀਏ ਹੁ ਕੋਡੀ ਦਾ ਖਡਾਰੀ ਚੈਸ ਨਹੀਂਓ ਖੇਡਦਾ ਦਿਨਾਂ ਵਿੱਚ ਦਿਲਾਂ ਵਾਲੇ ਥਾਂ ਲੈਂਦਿਆ ਸੈਡਾਂ ਸੂਡਾਂ ਮਾਰ ਕੇ ਨਹੀਂ ਕੰਮ ਚੱਲਦੇ ਇੱਕ ਵਿੱਚ ਵੱਜ ਜੱਟ ਰਾ ਲੈਂਦਿਆ ਸੈਡਾਂ ਸੂਡਾਂ ਮਾਰ ਕੇ ਨਹੀਂ ਕੰਮ ਚੱਲਦੇ ਇੱਕ ਵਿੱਚ ਵੱਜ ਜੱਟ ਰਾ ਲੈਂਦਿਆ ਹੋ ਰੱਖੇ ਨਾ ਬ੍ਰੇਕ ਉੱਤੇ ਪੈਰ ਬੱਲਿਆ ਮੋਰੇ ਮੋਰੇ ਲਾਉਂਦਾ ਤੇਰਾ ਸ਼ਹਿਰ ਬੱਲਿਆ ਬਹਿਰੀ ਦਾ ਬ੍ਰੇਨ ਜਿਹੜਾ ਸੀਲ ਕਰਦਾ ਸੂਈ 140 ਦੇ ਉੱਤੇ ਚਾੜ ਰੱਖਦਾ ਹੋ ਮੁੰਡਿਆਂ ਚੋਂ ਮੁੰਡਾ ਇੱਕ ਮੁੰਡਾ ਬੱਲੀਏ ਲੋਕਾਂ ਦੀ ਨਿਗਾ ਚ ਜਿਹੜਾ ਗੁੰਡਾ ਬੱਲੀਏ ਦਿਲ ਪੱਥਰ ਤੇ ਜਿਗਰਾ ਪਹਾੜ ਰੱਖਦੇ ਬਾਰਬੀਕਿਊ ਚ ਬੰਦੇ ਰਾੜ ਰੱਖਦੇ ਬਹੁਤ ਖੂਬਸਰ ਉਮੀਦ ਕਰਦੇ ਆ ਕਿ ਸਾਡੇ ਦਰਸ਼ਕਾਂ ਨੂੰ ਜਿਹੜਾ ਹੈਗਾ ਨਾ ਬਹੁਤ ਪਸੰਦ ਆਇਆ ਹੋਊਗਾ ਜਿਨ੍ਹਾਂ ਨੇ ਨਹੀਂ ਸੁਣਿਆ ਤੇ ਉਹ ਵੀ ਜਿਹੜਾ ਹੈਗਾ ਇਹ Song ਜ਼ਰੂਰ ਸੁਣਾਣਗੇ ਹਨਾ ਤੁਸੀਂ ਤੁਹਾਡੀ ਸਟਰਗਲਿੰਗ ਲਾਈਫ ਹੈ ਜਿਹੜੀ ਉਹ ਸ਼ੁਰੂ ਹੁੰਦੀ ਹੈ ਮੁਹਾਲੀ ਤੋਂ ਹਨਾ ਪਹਿਲਾਂ ਤੁਸੀਂ ਇੱਥੇ ਮੁਹਾਲੀ ਸ਼ਿਫਟ ਹੋਏ ਤੁਸੀਂ ਦੱਸਿਆ ਕਿ ਤੁਹਾਨੂੰ ਕਿੰਨੇ ਸਾਲ ਹੋ ਗਏ ਹਨਾ ਇੱਥੇ ਸ਼ਿਫਟ ਹੋਏ ਨੂੰ ਤੇ ਇੱਥੋਂ ਦਾ ਜਿਹੜਾ ਸਟਰਗਲ ਹੈ ਕਿੱਦਾਂ ਦਾ ਰਿਹਾ ਤੁਸੀਂ ਕਿੰਨਾ-ਕਿੰਨਾ ਲੋਕਾਂ ਨੂੰ ਮਿਲੇ ਤੇ ਕਿੱਦਾਂ ਫਿਰ ਤੁਸੀਂ ਜਿਹੜਾ ਹੈਗਾ ਅੱਗੇ ਵਧ ਰਹੇ ਹੋ ਹੁਣ ਅ ਮੁਹਾਲੀ ਦਾ ਸਟਰਗਲ ਤਾਂ ਜੀ ਬਹੁਤ ਟਾਈਮ ਲੱਗ ਜਾਏਗਾ ਦੱਸਣ ਨੂੰ ਪਰ ਮੈਂ ਸ਼ਾਰਟ ਫਾਰਮ ਵਿੱਚ ਦੱਸ ਦਿੰਨਾ ਜਦੋਂ ਮੈਂ 2012 ਚ ਇੱਥੇ ਆਇਆ Hmm. Taip. Te... ਇੱਥੇ ਆ ਕੇ ਪਤਾ ਨਹੀਂ ਲੱਗਦਾ ਸੀ ਕਿੱਥੇ ਜਾਵਾਂ ਹੈ ਨਾ ਜੇ ਆਪਾਂ ਕਹਿ ਲਈਏ ਕਿ ਜਿਹੜੇ ਸਾਡੇ ਮੋਹਾਲੀ ਦੇ ਨਾਲ 70 80 ਕਿਲੋਮੀਟਰ 100 ਕਿਲੋਮੀਟਰ ਏਰੀਆਜ਼ ਨੇ ਉਹਨਾਂ ਲਈ ਤਾਂ ਚੰਡੀਗੜ੍ਹ ਮੋਹਾਲੀ ਲਾਈਕ ਕੈਨੇਡਾ ਹੀ ਆ ਨਾ ਜੀ ਤੇ ਇੱਥੇ ਮੈਂ ਜਦੋਂ ਆਇਆ ਨਾ ਕੋਈ ਜਾਣਦਾ ਸੀਗਾ ਨਾ ਮੇਰੇ ਕੋਈ ਰੂਮ ਸੀਗਾ ਤੇ ਫਿਰ ਕਿਸੇ ਇੰਟਰਵਿਊ 'ਚ ਦੱਸਾਂਗੇ ਕਿ ਆਇਆ ਕਿਉਂ ਸੀਗਾ ਇਦਾਂ ਐਨਾ ਕਿਉਂ ਹੋ ਗਿਆ ਹੈ ਨਾ ਕੁਝ ਐ ਨਹੀਂ ਜਾਂ ਕੋਈ ਜਾਣਦਾ ਨਹੀਂ ਸੀ ਤੇ ਮੈਂ ਜੋਬ ਲੱਭਦਾ ਸੀਗਾ ਉਦੋਂ ਮੇਰੀ ਪਲੱਸ 2 ਕੰਪਲੀਟ ਸੀ ਤੇ ਮੈਂ ਫਿਰ ਕਿਸੇ ਨੂੰ ਮਿਲਿਆ ਮੈਨੂੰ ਪਾਰਕ 'ਚ ਹੀ ਮਿਲੇ ਨਵਦੀਪ ਜੀ ਜੀ ਉਹਨਾਂ ਨੇ ਮੈਨੂੰ ਜਿਹੜਾ ਹੈਗਾ ਜਿਮ ਦੱਸਿਆ ਕ੍ਰਾਸਫਿਟ ਜਿਮ ਹਮ ਤੇ ਉੱਥੇ ਜਾ ਕੇ ਮੈਂ ਸ਼੍ਰੀ ਰਾਹੁਲ ਸੈਣੀ ਜੀ ਨੂੰ ਮਿਲੇ ਆ ਜੀ ਉਹਨਾਂ ਨੇ ਮੈਨੂੰ ਜਿਮ ਦੇ ਵਿੱਚ ਰੱਖਿਆ ਜੀ ਐਜ਼ ਅ ਟ੍ਰੇਨਰ ਮਤਲਬ ਹੈਲਪਰ ਉੱਥੋਂ ਮੇਰੀ ਸਟਾਰਟਿੰਗ ਹੋਈ ਜੀ ਹੌਲੀ ਹੌਲੀ ਦੱਸਦਾ ਗਿਆ ਸਾਰਿਆਂ ਨੂੰ ਜਿਵੇਂ ਕੋਈ ਮਿਲਣਾ ਹੈ ਨਾ ਕਿ ਮੈਂ ਗੋਣਾ ਜੀ ਹਮ ਤੇ ਉਸ ਤੋਂ ਬਾਅਦ ਫਿਰ 2015 16 ਦੇ ਵਿੱਚ ਉਹਨਾਂ ਦਾ ਸਾਡਾ ਆਫਿਸ ਹੈ ਜੀ ਅੰਪਾਇਰ ਸਟਰੀਟ ਜਿਸ ਤਰ੍ਹਾਂ ਮੈਂ ਦੱਸਿਆ ਕਿ ਮੈਂ ਬਿਜ਼ਨਸ ਕਰਦਾ ਹੈ ਨਾ ਜੀ ਹਮ ਤੇ ਸਾਡਾ ਰੀਅਲ ਏਸਟੇਟ ਦਾ ਕੰਮ ਹੈ ਜੀ ਤੇ ਉਹਨਾਂ ਨੂੰ ਮਿਲਿਆ ਜੀ ਉਹਨਾਂ ਨੇ ਅੱਜ ਉਹਨਾਂ ਦੀ ਬਦੌਲਤ ਮੈਂ ਇੱਥੇ ਤੱਕ ਪਹੁੰਚਿਆ ਹਾਂ ਅੰਪਾਇਰ ਸਟੇਟ ਤੋਂ ਅੰਪਾਇਰ 뮤직 ਬਣ ਗਿਆ ਜੀ ਸੋ ਇੱਕ ਜਨਮ ਦਿਨ ਵਾਲੇ ਫਾਦਰ ਸਾਹਿਬ ਅਤੇ ਇੱਕ ਰੋਟੀ ਦੇਣ ਵਾਲੇ ਪਿਤਾ ਜੀ ਹੈ ਮੇਰੇ ਹਨਾ ਸੋ ਇਹ ਮੇਰਾ ਸਟਰਗਲ ਰਿਹਾ ਜੀ ਬਾਕੀ ਇੱਕ ਚੀਜ਼ ਜ਼ਰੂਰ ਕਹਾਂਗਾ ਕਿ ਜਿਹੜੇ ਵੀ ਮੇਰੇ ਭਰਾ ਭੈਣੇ ਇੰਟਰਵਿਊ ਸੁਣ ਰਹੇ ਨੇ ਜਿਹੜੇ ਸਿੰਗਿੰਗ 'ਚ ਅੱਗੇ ਆਉਣਾ ਚਾਹੁੰਦੇ ਆ ਮਾਡਲਿੰਗ 'ਚ ਲਾਈਕ ਆਰਟਿਸਟ ਹੈ ਜਿਹੜਾ ਅੱਗੇ ਆਉਣਾ ਚਾਹੁੰਦੇ ਆ ਇੱਕ ਸਾਈਡ ਵਾਈਜ਼ ਕੰਮ ਜ਼ਰੂਰ ਕੋਈ ਨਾ ਕੋਈ ਕਰਨਾ ਚਾਹੀਦਾ ਤਾਂ ਕਿ ਤੁਹਾਨੂੰ ਹੈਲਪ ਮਿਲਦੀ ਰਹੇ ਕਿਉਂਕਿ ਇਹ ਲਾਈਨ ਇਹ ਜੀ ਹੈ ਕਿਸੇ ਟਾਈਮ ਆ ਕੇ ਤੁਹਾਡੇ ਸਾਰੇ ਸਾਥ ਛੱਡ ਦਿੰਦੇ ਆ ਸੋ ਈਜ਼ੀ ਨਹੀਂ ਹੈ ਤੇ ਔਖਾ ਵੀ ਨਹੀਂ ਹੈ ਜੇ ਮੈਂ ਕਰ ਸਕਦਾ ਕੋਈ ਵੀ ਕਰ ਸਕਦਾ ਸ਼ਾਇਦ ਮੇਰਾ ਹਜੇ ਚਲੋ ਇੰਨਾ ਨਾਮ ਨਹੀਂ ਹੈ ਪਰ ਮੈਨੂੰ ਉਮੀਦ ਹੈ ਉਮੀਦ ਕੀ ਮੈਂ ਕਰਨਾ ਜੀ ਬੜੀ ਛੇਤੀ ਸਾਰਿਆਂ ਦੇ ਅੱਗੇ ਆਵਾਂਗੇ ਵਧੀਆ ਤਰੀਕੇ ਨਾਲ ਆਵਾਂਗੇ ਜੀ ਮੈਂਤ ਜਰੂਰ ਰੰਗ ਲਾਉਂਗੀ ਸਰ ਹਾਂਜੀ 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 ਤੇ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਜਿਹੜੀ ਤੁਹਾਡੀ ਮਹਾਲੀ ਦੀ ਲਾਈਫ ਸੀ ਹਨਾ ਉਹ ਸਟਰਗਲਿੰਗ ਸੀਗੀ ਤੁਸੀਂ ਸ਼ੁਰੂ ਕੀਤੀ ਇੱਕ ਜਿੰਮ ਤੋਂ ਠੀਕ ਹੈ ਫਿਰ ਜਿੰਮ ਤੋਂ ਤੁਸੀਂ ਆਏ ਰੀਅਲ ਏਸਟੇਟ ਵਾਲੇ ਬਿਜ਼ਨਸ ਚ ਕਿਦਾਂ ਫਿਰ ਤੁਸੀਂ ਉਹਦੇ ਚ ਕਿਦਾਂ ਤੋੜਾ ਆਉਣਾ ਹੋਇਆ ਇਹ ਵੀ ਚਲੋ ਸੀਕ੍ਰੀਟ ਕੁਐਸਚਨ ਹੈ ਜਿਨ੍ਹਾਂ ਦਾ ਜਿੰਮ ਹੈ ਰਾਹੁਲ ਜੀ ਉਹਨਾਂ ਉਹ ਰੀਅਲ ਏਸਟੇਟ ਦਾ ਹੀ ਬਿਜ਼ਨਸ ਕਰਦੇ ਹੈਗੇ ਆ ਤੇ ਉਹਨਾਂ ਨੇ ਦੇਖਿਆ ਵੀ ਇਹ ਕੁਝ ਹੋਰ ਅੱਗੇ ਕਰ ਸਕਦਾ ਵਧੀਆ ਉਹਨਾਂ ਨੇ ਮੈਨੂੰ ਇਸ ਚੀਜ਼ ਬਾਰੇ ਇੰਟਰੋਡਿਊਸ ਕੀਤਾ ਫਿਰ ਮੈਂ ਹੌਲੀ ਹੌਲੀ ਇਸ ਕੰਮ ਨੂੰ ਸਿੱਖਿਆ ਤੇ ਅੱਜ ਮੋਹਾਲੀ ਦੇ ਵਿੱਚ ਰਾਹੁਲ ਜੀ ਦੀ ਬਦੌਲਤ ਅੰਪਾਇਰ ਸਟੇਟ ਦੀ ਬਦੌਲਤ ਅੱਜ ਬਹੁਤ ਵੱਡੇ ਪਲੇਟਫਾਰਮ ਤੇ ਮੈਂ ਬੈਠਾ ਆਂ ਜੀ ਤੇ ਇਹ ਇਹ ਜਿਹੜੀ ਦੋਨੇ ਕੰਮ ਸੀਗੇ ਮੇਰੇ ਉਹ ਇੱਕੋ ਹੀ ਛਤਰ ਛਾਇਆ ਦੇ نیچے ਸੀਗੇ ਮੈਂ ਕਦੇ ਇੱਕ ਚੀਜ਼ ਹੋਰ ਹੈ ਕਦੇ ਵੀ ਜ਼ਿੰਦਗੀ 'ਚ ਕੋਈ ਕੰਮ ਸਿੱਖਣਾ ਕਿਸੇ ਦੇ ਕੋਲੇ ਤੁਸੀਂ ਰਿਆਜ਼ ਕਰਦੇ ਹੋ ਮੈਨੂੰ ਦੇਖਣਾ ਗੁਰੂ ਇਕਤਾਰੋ ਇੱਕੋ ਹੀ ਹੋਣਾ ਚਾਹੀਦਾ ਜਿਵੇਂ ਉਹ ਪੰਜਾਬੀ ਚ ਕਹਿੰਦੇ ਹੁੰਦੇ ਇੱਕ ਖਜ਼ਮ ਹੋਣਾ ਚਾਹੀਦਾ ਸੋ ਇੱਕ ਗੁਰੂ ਦੇ ਥੱਲੇ ਲੱਗ ਕੇ ਤੁਹਾਨੂੰ ਰਿਜ਼ਲਟ ਵੀ ਮਿਲੂਗਾ ਤੁਸੀਂ ਸਕਸੈਸ ਵੀ ਹੋਵੋਗੇ ਚਾਹੇ ਕਿ ਉਹ ਕੋਈ ਵੀ ਕੰਮ ਕਰਦੇ ਆ ਉਹਨਾਂ ਦੇ ਥਰੂ ਹੀ ਕਰਨਾ ਚਾਹੀਦਾ ਹਾਂਜੀ ਤੇ ਤੁਹਾਡੀ ਸਕਸੈਸ ਚ ਨਾ ਇੱਕ ਤੁਸੀਂ ਨਾਂ ਲਿਆ ਸੀ ਸਿੰਗਾ ਹਾਂਜੀ ਉਹਨਾਂ ਨੇ ਜਿਵੇਂ ਤੁਸੀਂ ਉਹਨਾਂ ਨੂੰ ਮਿਲੇ ਫਿਰ ਤੁਸੀਂ ਇਸ ਲਾਈਨ 'ਚ ਆਏ ਹੈ ਨਾ ਕਿੱਦਾਂ ਉਹਨਾਂ ਨੇ ਤੁਹਾਡੀ ਜੜੀ ਹੈਗੀ ਹੈਲਪ ਕੀਤੀ ਅ ਸਿੰਗੇ ਵੀਰੇ ਨੂੰ ਮੈਂ ਜਦੋਂ ਸਿੰਗੇ ਵੀਰਾ ਵੀ ਸਟਰਗਲਿੰਗ ਟਾਈਮ 'ਚ ਸੀਗੇ 2-3 ਸਾਲ ਪਹਿਲਾਂ ਬਾਈ ਜੀ ਨਾਲ ਮੇਰੀ ਡੀਜੇ ਫਲੋ ਵੀਰੇ ਕਰਕੇ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਹੈ ਮੈਂ ਬਾਈ ਜੀ ਨਾਲ ਮਿਊਜ਼ਿਕ ਕੀਤਾ ਇੱਕ ਗਾਣਾ ਗਿਆ ਰਿਹਾ ਸੋ ਸਿੰਗੇ ਵੀਰੇ ਨੂੰ ਮਿਲੇ ਆਪਸ 'ਚ ਪਿਆਰ ਹੋਇਆ ਦਿਲ ਮਿਲਿਆ ਸਾਡਾ ਕਿਉਂ ਨੇਚਰ ਆਉਂਦਾ ਜੀ ਇੱਕ ਦੂਜੇ ਨੂੰ ਪਸੰਦ ਆਉਂਦਾ ਸੋ ਬਾਈ ਨੇ ਬੜੀ ਹੈਲਪ ਕੀਤੀ ਅੱਜ ਵੀ ਮਤਲਬ ਹੈਲਪ ਕਰਦੇ ਆ ਹੁਣ ਉਹ ਬਾਹਰ ਗਏ ਹੋਏ ਨੇ ਸ਼ੂਟ ਤੇ ਗਏ ਹੋਏ ਨੇ ਜੋਸ ਤੇ ਕੈਨੇਡਾ ਪਰ ਉਹ ਪਿੱਛੇ ਜਿੱਦਾਂ ਹੁਣ ਆਪਾਂ ਮੈਂ ਤੁਹਾਨੂੰ ਦੱਸਿਆ ਬਾਰਬੀਕਿਊ ਦਾ ਚੱਲ ਰਿਹਾ ਸਾਡਾ ਪੂਰੀ ਹੈਲਪ ਕਰ ਰਿਹਾ ਤੇ ਗਾਣਾ ਉਹਨਾਂ ਦੀ ਬਦੌਲਤ ਹੀ ਮੇਰਾ ਇੰਨਾ ਜ਼ਿਆਦਾ ਵਾਇਰਲ ਹੋਇਆ ਲੋਕਾਂ ਨੇ ਸੁਣਿਆ ਵੀਰੇ ਦੀ ਫੀਚਰਿੰਗ ਵੀ ਆ ਗਾਣੇ ਦੇ ਵਿੱਚ ਸੋ ਸਿੰਘੇ ਵੀਰੇ ਨੇ ਬਹੁਤ ਵਧੀਆ ਸਾਥ ਦਿੱਤਾ ਤੇ ਦੇ ਰਹੇ ਨੇ ਤੇ ਮੈਨੂੰ ਉਮੀਦ ਹੈ ਇਹ ਉਹਨਾਂ ਦਾ ਅੱਗੇ ਵੀ ਹੱਥ ਰਹੂਗਾ ਭਰਾ ਦੇ ਉੱਤੇ ਜੀ ਜੀ ਤੇ ਜਿਸ ਤਰ੍ਹਾਂ ਕਿ ਤੁਹਾਡਾ ਬਾਰਬੀਕਿਊ Song ਹੈ ਹਨਾ ਉਹਦੀ ਆਵਾਜ਼ ਨੂੰ ਸਾਡੇ ਦਰਸ਼ਕਾਂ ਨੇ ਬਹੁਤ ਹੰਗਾਰਾ ਦਿੱਤਾ ਤੇ ਤੁਸੀਂ ਉਹਦੀ ਵੀਡੀਓ ਜਿਹੜੀ ਹੈਗੀ ਆ ਕਦੋਂ ਤੱਕ ਸਾਡੇ ਲੈ ਕੇ ਆ ਰਹੇ ਹੋ ਦਰਸ਼ਕਾਂ ਲਈ ਵੀਡੀਓ ਦਾ ਇਸ ਤਰ੍ਹਾਂ ਹੈ ਜੀ ਆਪਾਂ ਕੁਝ ਕਨਸੈਪਟ ਜਿਹੜਾ ਆਈਡੀਆ ਆਪਣੇ ਮਾਈਂਡ ਚ ਆਇਆ ਸੀਗਾ ਉਹਨੂੰ ਆਪਾਂ ਪ੍ਰੈਕਟੀਕਲੀ ਕਰਨਾ ਸ਼ੁਰੂ ਕੀਤਾ ਫਿਰ ਕੁਝ ਦਿੱਕਤਾਂ ਆਈਆਂ ਨੇ ਆਪਾਂ ਨੂੰ ਕਿਉਂਕਿ ਮੈਨੂੰ ਲੱਗਦਾ ਕਿ ਇਹ ਜਿਹੜਾ ਗਾਣਾ ਹੈ ਮੇਰੀ ਲਾਈਫ ਨੂੰ ਚੇਂਜ ਕਰ ਸਕਦਾ ਹੈ ਨਾ ਸੋ ਜਿੱਦਾਂ ਪਿਆਰ ਮਿਲਿਆ ਸਾਰਿਆਂ ਦਾ ਸੋ ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਇਸ ਕਰਕੇ ਹੁਣ ਦੁਬਾਰਾ ਉਸ ਚੀਜ਼ ਨੂੰ ਆਪਸ ਵਿੱਚ ਡਿਸਕਸ ਕਰਕੇ ਤੇ ਨਵੇਂ ਤਰੀਕੇ ਤੋਂ ਉਹਨੂੰ ਸਟਾਰਟ ਕਰਿਆ ਜੀ ਕੰਮ ਨੂੰ ਤੇ ਰੱਬ ਨੇ ਚਾਇਆ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਰਹੀਆਂ ਤੇ ਆਪਾਂ ਜਿਹੜਾ ਹੈਗਾ ਅਗਸਤ ਤੋਂ ਪਹਿਲਾਂ ਪਹਿਲਾਂ ਪੱਗਣਾ ਰਿਲੀਜ਼ ਕਰ ਦਾਂਗੇ ਹਾਂਜੀ ਉਮੀਦ ਕਰਦੇ ਹਾਂ ਕਿ ਜਿਹੜੇ ਤੁਹਾਡੇ ਕਨਸੈਪਟ ਦੀ ਤਰ੍ਹਾਂ ਹੈਗਾ ਜਿਹੜੀ ਤੁਹਾਡੀ ਵੀਡੀਓ ਵੀ ਉਹ ਵੀ ਅਲੱਗ ਦੀ ਹੋਊਗੀ ਹਨਾ ਤੇ ਤੁਸੀਂ ਜਿਵੇਂ ਹੁਣ ਕਾਫੀ ਸਾਰੇ ਸੌਂਗ ਗਾ ਚੁੱਕੇ ਹੋ ਹਨਾ ਪਰ ਕਿਤੇ ਨਾ ਕਿਤੇ ਹੁੰਦਾ ਕੋਈ ਸੌਂਗ ਜਿਹੜਾ ਆਪਣੇ ਦਿਲ ਦੇ ਬਹੁਤ ਨੇੜੇ ਹੁੰਦਾ ਹੁਣ ਜਵੇਂ ਸਾਡੀ ਫਰਮਾਇਸ਼ ਤੇ ਤੁਸੀਂ ਗੀਤ ਸੁناਈ ਚੁੱਕੇ ਹੋ ਹਨਾ ਅਸੀਂ ਦੋ ਤਿੰਨ ਗਾਣੇ ਤੁਹਾਡੇ ਤੋਂ ਸੁਣ ਚੁੱਕੇ ਹਾਂ ਪਰ ਜੋ ਸੌਂਗ ਤੁਹਾਡੇ ਦਿਲ ਦੇ ਬਹੁਤ ਨੇੜੇ ਹੈ ਉਹ ਵੀ ਗੁੰਗੁਨਾ ਕੇ ਸਮਾ ਦੋ ਮੇਰਾ ਜਿਹੜਾ ਡੈਬਿਊ Song ਸੀ ਤੇਰੀ ਹੋਗੀ ਹੂੰ ਉਹ ਗਾਣਾ ਮੈਂ ਆਪ ਲਿਖਿਆ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਹੂੰ ਤੇ ਉਹ ਗਾਣਾ ਮਤਲਬ ਕੰਪੋਜ਼ ਕੀਤਾ ਜਿਵੇਂ ਗਾਣਾ ਮੈਂ ਕਹਿ ਲਵਾਂ ਕਿ ਉਹ ਇੱਕ ਰeal ਚੀਜ਼ ਨੂੰ ਲਿਖ ਕੇ ਹਨਾ ਤੇ ਉਹਨੂੰ ਮੈਂ ਗਾਇਆ ਮੈਨੂੰ ਬੜਾ ਵਧੀਆ ਲੱਗਿਆ ਮੈਂ ਜਦੋਂ ਸੁਣਾਇਆ ਜੋਨੀ ਵਿੱਕ ਜੀ ਨੂੰ ਉਹਨਾਂ ਨੇ ਸੁਣਿਆ ਗਾਣਾ ਉਹ ਕਹਿੰਦਾ ਵੀਰੇ ਗਾਣਾ ਓਕੇ ਆ ਆਪਾਂ ਇਹੀ ਗਾਣਾ ਰਿਕਾਰਡ ਕਰਦੇ ਆ ਸੋ ਮੈਂ ਉਹਦੀਆਂ ਤੁਹਾਨੂੰ ਦੋ ਲਾਈਨਾਂ ਸੁਣਾ ਦਿੰਦਾ ਉਹ ਮੈਂ ਆਪ ਲਿਖਿਆ ਹੋਇਆ ਜੀ ਹੂੰ ਤੈਨੂੰ ਤੱਕ ਲਈ ਪਹਿਲੀ ਵਾਰੀ ਸੀ ਤੇਰੀ ਹੋ ਗਈ ਕੀ ਦੱਸਾਂ ਮੇਰਿਆ ਯਾਰਾ ਖਾਬਾਂ ਵਿੱਚ ਖੋ ਗਈ ਮੈਨੂੰ ਛੱਡ ਕੇ ਨਾ ਜਾ ਮੇਰੇ ਤੋਂ ਗਮ ਸੈ ਨਹੀਂ ਹੋਣਾ ਸੋ ਰੱਬ ਦੀ ਯਾਰਾ ਤੇਰੇ ਬਿਨ ਰਹਿ ਨਹੀਂ ਹੋਣਾ ਤੇਰੇ ਬਿਨ ਰਹਿ ਨਹੀਂ ਹੋਣਾ ਮੰਨਿਆ ਤੇਰੀ ਮਜਬੂਰੀ ਐ ਦੂਰੀ ਤਾਂ ਯਾਰਾ ਦੂਰੀ ਮੈਂ ਕੱਲੀ ਕੁਝ ਨਹੀਂ ਕਰ ਸਕਦੀ ਤੇਰੀ ਹਾਂ ਵੀ ਬੜੀ ਜ਼ਰੂਰੀ ਮੇਰੀ ਅੱਖੀਆਂ ਕਹਿੰਦੀਆਂ ਜ਼ੁਬਾਨੋਂ ਕੁਝ ਕਹਿ ਨਹੀਂ ਹੋਣਾ ਸੋ ਰੱਬ ਦੀ ਯਾਰਾ ਤੇਰੇ ਬਿਨ ਰਹਿ ਨਹੀਂ ਹੋਣਾ ਤੇਰੇ ਬਿਨ ਰਹਿ ਨਹੀਂ ਹੋਣਾ ਜਿੱਥੇ ਤੁਹਾਡਾ ਗੀਤ ਹੈ ਨਾ ਬਹੁਤ ਖੂਬਸੂਰਤ ਹੈ ਤੁਸੀਂ ਗਾਇਆ ਵੀ ਬਹੁਤ ਖੂਬਸੂਰਤ ਹੈ ਹਨਾ ਇਹਦੇ ਲਿਰਿਕਸ ਹੈ ਜਿਹੜੇ ਉਹ ਵੀ ਬਹੁਤ ਅੱਛੇ ਆ ਹਨਾ ਤੇ ਤੁਸੀਂ ਜਿਹੜਾ ਹੈਗਾ ਜਿਵੇਂ ਤੁਸੀਂ ਦੱਸਿਆ ਨਾ ਕਿ ਸੌਂਗ ਤੁਸੀਂ ਖੁਦ ਲਿਖਿਆ ਤੇ ਜਿਹੜੇ ਹੈਗੇ ਆਉਣ ਵਾਲੇ ਫਿਊਚਰ ਚ ਤੁਹਾਡਾ ਹੈ ਕੁਛ ਇਦਾਂ ਦਾ ਕਿ ਤੁਸੀਂ ਨਾਲ-ਨਾਲ ਲਿਖਣਾ ਵੀ ਚਾਹੋਗੇ ਹਾਂਜੀ ਮੈਂ ਗਾਣੇ ਲਿਖਦਾ ਜੀ ਮੈਨੂੰ ਜਦੋਂ ਵੀ ਟਾਈਮ ਮਿਲਦਾ ਤੇ ਮੈਂ ਗਾਣਾ ਜ਼ਰੂਰ ਲਿਖਦਾ ਤੇ ਉਮੀਦ ਇਹੀ ਕਰਾਂਗਾ ਅੱਗੇ ਕਿ ਜਿੱਦਾਂ ਵਧੀਆ ਲਿਖਾਂ ਤੇ ਕੋਸ਼ਿਸ਼ ਮੇਰੀ ਇਹੀ ਹੈ ਕਿ ਜਿਹੜਾ ਹੁਣ ਮੇਰਾ ਅੱਗੇ ਨੈਕਸਟ Song ਆ ਰਿਹਾ ਉਹ ਕੰਪਲੀਟ ਕਰਨ ਤੋਂ ਬਾਅਦ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜਾ ਆਪਣਾ ਮੈਂ ਕੁਝ ਆਈਡੀਆ ਮੇਰੇ ਮਾਈਂਡ 'ਚ ਹੈਗਾ ਹੈ ਨਾ ਤੇ ਮੈਂ ਉਹਨੂੰ ਅੱਗੇ ਲੈ ਕੇ ਆਉਂਗਾ ਤੇ ਮੈਨੂੰ ਪੂਰੀ ਉਮੀਦ ਹੈ ਸਾਰੇ ਜਣੇ ਪਸੰਦ ਕਰਨਗੇ ਕੁਝ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜੀ ਜੀ ਤੇ ਜਿਸ ਤਰ੍ਹਾਂ ਤੁਸੀਂ ਹਨਾ ਤੁਸੀਂ ਲਾਈਵ ਗਾਉਣਾ ਪਸੰਦ ਕਰਦੇ ਹੋ ਪੰਜਾਬ ਚ ਤਾਂ ਤੁਸੀਂ ਗਾਉਂਦੇ ਗਾਉਂਦੇ ਹਨਾ ਤੇ ਤੁਹਾਨੂੰ ਜੜੀਆਂ ਹੈਗੀਆਂ ਦੂਸਰੀਆਂ ਸਟੇਟਸ ਉੱਥੇ ਵੀ ਜਾਣ ਦਾ ਮੌਕਾ ਮਿਲਦਾ ਹੋਊਗਾ ਤੇ ਤੁਹਾਨੂੰ ਕੀ ਫਰਕ ਲੱਗਦਾ ਜਿਹੜੇ ਉਥੋਂ ਦੇ ਸਰੋਤੇ ਆ ਤੇ ਜਿਹੜੇ ਸਾਡੇ ਪੰਜਾਬ ਦੇ ਸਰੋਤੇ ਆ ਜੇ ਆਪਾਂ ਥੋੜਾ ਉਹਨਾਂ ਦਾ ਕੰਪੈਰੀਜ਼ਨ ਕਰੀਏ ਹਾਂਜੀ ਹਾਂਜੀ ਅ ਦੇਖੋ ਪੰਜਾਬ ਦੇ ਵਿੱਚ ਆਮ ਕਰਕੇ ਮੇਲਿਆਂ ਦੇ ਉੱਤੇ ਟਾਈਮ ਮਿਲਦਾ ਹੈ ਨਾ ਗਾਉਣ ਦਾ ਤੇ ਉੱਥੇ ਸਟੇਜਿਸ ਤੇ ਗਾਇਆ ਹੈਗਾ ਤੇ ਪਰ ਉਸ ਤੋਂ ਬਾਅਦ ਜਿੰਦਾ ਹਿਮਾਚਲ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਗਾਣ ਦਾ ਮੌਕਾ ਮਿਲੇਆ ਉੱਥੇ ਦੀ ਜਿਹੜੀ ਆਡੀਅנס ਹੈ ਕੁਛ ਤਾਂ ਸਾਡੀ ਬੋਲੀ ਸਲੈਂਗ ਦਾ ਫਰਕ ਪੈਂਦਾ ਹੈ ਨਾ ਜਿਹੜੇ ਤਾਂ ਇੱਕ ਗਾਣੇ ਜਿਹੜੇ ਹਿੰਦ ਗਾਣੇ ਹੁੰਦੇ ਨੇ ਉਹ ਤਾਂ ਸੁਣੇ ਹੁੰਦੇ ਨੇ ਸਾਰਿਆਂ ਨੇ ਜਿਵੇਂ ਹੁਣ ਮੈਂ ਗੋਨਾ ਜਾ ਕੇ ਹੈਨਾ ਮੈਨੂੰ ਨਹੀਂ ਇੰਨਾ ਕੋਈ ਜਾਣਦਾ ਚੰਗੀ ਤਰ੍ਹਾਂ ਪਰ ਜਦੋਂ ਆਪਾਂ ਗਾਈਦਾ ਪਸੰਦ ਕਰਦੇ ਆ ਤੇ ਅੱਛਾ ਰਿਸਪੌਂਸ ਹੈ ਸਾਰੇ ਪਾਸੇ ਹੁਣ ਤਾਂ ਦੇਖੋ ਜੀ ਪੰਜਾਬੀ ਪੂਰੇ ਵਰਲਡ ਚ ਹੈ ਜੀ ਜਿਨ੍ਹਾਂ ਨੂੰ ਨਹੀਂ ਵੀ ਪੰਜਾਬੀ ਸਮਝ ਆਉਂਦੀ ਉਹ ਵੀ ਪੰਜਾਬੀ ਗਾਣਿਆਂ ਦੀਆਂ ਤੁਨਾਤੇ ਨੱਚਦੇ ਆ ਰਾਜ ਕਰ ਰਿਹਾ ਸਾਡਾ ਪੰਜਾਬੀ ਇੰਡਸਟਰੀ ਸਾਡੀ ਰਾਜ ਕਰ ਰਹੀ ਹੈ ਸਾਰੇ ਪਾਸੇ ਤੁਸੀਂ ਇਹ ਦੇਖੋ ਕਿ ਬਾਲੀਵੁੱਡ ਤੱਕ ਵੀ ਜਿਹੜੇ ਸਾਡੇ ਹੈਗੇ ਪੰਜਾਬੀ ਸੌਂਗ ਪਹੁੰਚ ਚੁੱਕੇ ਹਨਾ ਤੇ ਤੁਸੀਂ ਜਿਸ ਤਰ੍ਹਾਂ ਕੇ ਅੱਛੇ ਪਰਫਾਰਮਰ ਵੀ ਹੋ ਅੱਛੇ ਸਿੰਗਰ ਵੀ ਹੋ ਹਨਾ ਤੇ ਤੁਹਾਡਾ ਕਦੇ ਕੋਈ ਫਿਲਮ ਵਗੈਰਾ ਵੱਲ ਕੋਈ ਇਦਾਂ ਦਾ ਟੇਸਟ ਨਹੀਂ ਕਿ ਮੈਂ ਮਾਡਲਿੰਗ ਕਰਨੀ ਹੈ ਖੁਦ ਮਾਡਲਿੰਗ ਕਰਨੀ ਹੈ ਹਨਾ ਆਪਦੇ Song ਵਿੱਚ ਨਾ ਕਿਸੇ ਫਿਲਮ ਚ ਕੰਮ ਕਰਨਾ ਹੈ ਅ ਦੇਖੋ ਜੀ ਹਜੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਮਤਲਬ ਹਜੇ ਸਟਾਰਟਿੰਗ ਚੱਲ ਰਹੀ ਹੈ ਹਨਾ ਹਜੇ ਕੁਝ ਇਦਾਂ ਦਾ ਨਹੀਂ ਇੱਕ ਚੀਜ਼ ਦੇ ਵਿੱਚ ਪਰਫੈਕਟ ਹੋਣਾ ਚਾਹੀਦਾ ਬੰਦਾ ਮੈਂ ਮੈਂ ਨਹੀਂ ਸਮਝਦਾ ਕਿ ਮੈਂ ਬਹੁਤ ਵੱਡਾ ਸਿੰਗਰ ਐ ਜਾਂ ਮੈਂ ਬਹੁਤ ਵਧੀਆ ਲਿਖਦਾ ਪਰ ਜਿੰਨਾ ਕ ਵੀ ਗਾਉਣਾ ਹੈ ਜਿੰਨਾ ਕ ਵੀ ਲਿਖਦਾ ਮੈਨੂੰ ਆਪਣੇ ਆਪ ਨੂੰ ਵਧੀਆ ਲੱਗਦਾ ਹੈ ਤੇ ਮੇਰੇ ਪੇਰੈਂਟਸ ਨੂੰ ਵਧੀਆ ਲੱਗਦਾ ਮੈਂ ਸੁਣਾਉਣਾ ਉਹਨਾਂ ਨੂੰ ਉਹਨਾਂ ਦੇ ਵਿੱਚ ਡਿਸਕਸ ਕਰੀ ਦੀ ਆਪਣੇ ਫਰੈਂਡਸ ਨੂੰ ਸੁਣਾਈ ਦਾ ਸੋ ਇਦਾਂ ਦਾ ਕੁਛ ਨਹੀਂ ਹੈ ਜੀ ਅੱਗੇ ਮੌਕਾ ਮਿਲਿਆ ਤਾਂ ਹੁਣ ਜਿੱਦਾਂ ਮੇਰਾ ਤੇਰੀ ਹੋਗੀ ਗਾਣਾ ਸੀਗਾ ਉਹ ਮੈਂ ਆਪ ਹੀ ਪਰਫਾਰਮ ਕੀਤਾ ਉਹ ਅੱਗੇ ਵੀ ਸਾਰੇ ਗਾਣਿਆਂ 'ਚ ਮੈਂ ਮੇਨ ਲੀਡ ਤੇ ਆਪ ਹੀ ਕਰ ਰਿਆ ਹਾਂ ਤੇ ਕੋਸ਼ਿਸ਼ ਕਰਾਂਗਾ ਜ਼ਿੰਦਗੀ 'ਚ ਕਦੇ ਮੌਕਾ ਮਿਲਿਆ ਤਾਂ ਮੂਵੀ 'ਚ ਵੀ ਜ਼ਰੂਰ ਆਵਾਂਗੇ ਜੀ ਤੇ ਵਿਦੇਸ਼ ਤੇ ਟੂਰ ਬਾਰੇ ਹਨਾ ਕੋਈ ਤੁਸੀਂ ਲਾਇਆ ਕੋਈ ਇਦਾਂ ਦਾ ਟੂਰ ਮਤਲਬ ਵਿਦੇਸ਼ ਗਏ ਹੋ ਹਨਾ ਹਾਂ ਜੀ ਨਹੀਂ ਹਜੇ ਤੱਕ ਤਾਂ ਨਹੀਂ ਮੈਂ ਕਿਸੇ ਵੀ ਕੰਟਰੀ ਦੇ ਵਿੱਚ ਟੂਰ ਲਾਂਚ ਨਹੀਂ ਗਿਆ ਪਰ ਇਸ ਤਰ੍ਹਾਂ ਹੈ ਕਿ ਹੁਣ ਜਿੱਦਾਂ ਮਿਲ ਰਿਹਾ ਚਾਂਸ ਮਿਲ ਰਿਹਾ ਪਰ ਮੈਂ ਹਜੇ ਚਾਹੁੰਦਾ ਕਿ ਮੈਂ ਪ੍ਰੋਪਰ ਤਰੀਕੇ ਨਾਲ ਉਸ ਚੀਜ਼ ਨੂੰ ਕਰਕੇ ਜਾਵਾਂ ਤਾਂ ਕਿ ਜਿਨ੍ਹਾਂ ਨੇ ਮੈਨੂੰ ਬੁਲਾਉਣਾ ਹੈ ਜਿਹੜੇ ਮੇਰੇ ਫੈਨਸ ਅੱਗੇ ਜਿਹੜੇ ਮੈਨੂੰ ਸੁਣਨਗੇ ਜਾਂ ਜਿਹੜੇ ਮੈਨੂੰ ਸੁਣ ਚੁੱਕੇ ਆ ਮੈਂ ਉਹਨਾਂ ਦੀਆਂ ਇਛਾਵਾਂ ਦੇ ਪ੍ਰਤੀ ਖਰਾ ਉਤਰ ਸਕਾਂ ਨਾ ਸੋ ਹਜੇ ਕਹਿੰਦੇ ਦਿੱਲੀ ਬੜੀ ਦੂਰ ਹੈ ਪਰ ਉਮੀਦ ਹੈ ਮੈਂ ਇਸੇ ਸਾਲ ਕੋਸ਼ਿਸ਼ਾਂ ਕੁਛ ਕਰਾਂਗੇ ਜੀ ਹਾਂਜੀ ਦੁਆ ਕਰਦੇ ਹਾਂ ਜੀ ਤੁਹਾਡਾ ਜਿਹੜਾ ਹੈਗਾ ਫਿਊਚਰ ਹੈ ਬ੍ਰਾਈਟ ਹੋਵੇ ਹਨਾ ਤੇ ਤੁਸੀਂ ਬਹੁਤ ਸਾਡੇ ਨਾਲ ਅੱਛੀ ਜੜੀ ਹੈਗੀ ਆ ਜਾਣਕਾਰੀ ਸਾਂਝੀ ਕੀਤੀ ਆਪਦੀ ਲਾਈਫ ਬਾਰੇ ਤੁਹਾਡੇ ਤੋਂ ਸੌਂਗ ਵੀ ਸੁਨੇ ਪਰ ਮੈਂ ਜਾਂਦੇ ਜਾਂਦੇ ਨਾ ਇਹ ਜ਼ਰੂਰ ਚਾਹਾਂਗੀ ਕਿ ਤੁਸੀਂ ਦਰਸ਼ਕਾਂ ਨੂੰ ਕੋਈ ਸਨੇਹਾ ਦੇ ਕੇ ਜਾਓ ਜਾਂ ਜਿਹੜੇ ਸਾਡੇ ਸਿੰਗਰ ਹੈਗੇ ਆ ਹੁਣ ਤੱਕ ਜਿਹੜੇ ਸਟਰਗਲਿੰਗ ਲਾਈਨ ਚ ਸਟਰਗਲ ਕਰ ਰਹੇ ਆ ਹਨਾ ਤੇ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਅ ਦੇਖੋ ਜੀ ਮੈਂ ਇਹ ਚਾਹਣਾ ਕਿ ਵਧੀਆ ਸੁਣੋ ਹਮ ਵਧੀਆ ਜਿਹੜੇ ਗਾਉਂਦੇ ਆ ਮੁੰਡੇ ਕੁੜੀਆਂ ਜਿੰਨੇ ਵੀ ਗਾਉਂਦੇ ਆ ਕਿਸੇ ਵੀ ਫੀਲਡ ਦੇ ਵਿੱਚ ਆ ਉਹ ਚਾਹੇ ਆਪਣਾ ਮਾਡਲਿੰਗ ਲਾਈਨ ਚ ਆਉਣਾ ਚਾਹੁੰਦੇ ਆ ਡਾਂਸਿੰਗ ਚ ਉਹਨਾਂ ਨੂੰ ਮਤਲਬ ਪਸੰਦ ਕਰਕੇ ਉਹਨਾਂ ਨੂੰ ਮੌਕਾ ਦੋ ਮੈਂ ਨਹੀਂ ਕਹਿੰਦਾ ਮੈਂ ਕੋਈ ਨਾਮ ਨਹੀਂ ਲਾਵਾਂਗਾ ਕਿਸੇ ਦਾ ਹਮ ਪਰ ਦੇਖੋ ਜਿੱਥੋਂ ਖੁਸ਼ੀ ਮਿਲਦੀ ਆ ਜਿੱਥੋਂ ਬੰਦੇ ਦੇ ਚਿਹਰੇ ਤੇ ਹਾਸਾ ਆਉਂਦਾ ਲੋਕ ਉਹਨਾਂ ਨੂੰ ਪ੍ਰੋਮੋਟ ਕਰਦੇ ਆ ਸਰੋਤੇ ਹਨਾ ਪਰ ਮੇਰੀ ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੇ ਜਦੋਂ ਵੀ ਤੁਸੀਂ ਕਿਸੇ ਇਹੋ ਜਿਹੇ ਬੰਦੇ ਨੂੰ ਸੁਣਦੇ ਹੋ ਮੁੰਡੇ ਨੂੰ ਕੁੜੀ ਨੂੰ ਕਿਸੇ ਨੂੰ ਵੀ ਸੁਣਦੇ ਹੋ ਉਹਨੂੰ ਸ਼ਾਬਾਸ਼ੀ ਦੋ ਉਹਨੂੰ ਹੱਲਾਸ਼ੇਰੀ ਦੋ ਤਾਂ ਕਿ ਉਹ ਅੱਗੇ ਆਵੇ ਤੇ ਜਿਹੜੇ ਇਹ ਕੰਮ ਕਰ ਰਹੇ ਆ ਮੇਰੇ ਨਾਲ ਦੇ ਮੁੰਡੇ ਯੂਥ ਸਾਰਾ ਉਹਨਾਂ ਨੂੰ ਇਹੀ ਮੈਸੇਜ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਕੋਈ ਨਾ ਕੋਈ ਆਪਣਾ ਇੱਕ ਇਹੋ ਜਿਹਾ ਕੰਮ ਜ਼ਰੂਰ ਕਰੋ ਜਿਹੜਾ ਤੁਹਾਡੀ ਫੈਮਿਲੀ ਨੂੰ ਸਪੋਰਟ ਕਰੇ ਤੁਹਾਡੀ ਪਾਕਟ ਮਨੀ ਨੂੰ ਤੁਹਾਨੂੰ ਸਪੋਰਟ ਕਰੇ ਫਿਰ ਤੁਹਾਨੂੰ ਕੋਈ ਅੱਗੇ ਆਣ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ ਹੈ ਜੀ ਜੀ ਤੇ ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਸਾਡਾ 스타 ਇੱਕ ਖੂਬਸੂਰਤ ਜੇ ਸੁਨੇਹੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਚਾਹਾਂਗੇ ਤੇ ਰਣਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਡੇ ਸਟੂਡੀਓ ਵਿੱਚ ਆਈ ਤੁਹਾਡਾ ਵੀ ਥੈਂਕਸ ਜੀ ਸਾਡਾ 스타 ਪ੍ਰੋਗਰਾਮ ਚ ਤੁਸੀਂ ਮੈਨੂੰ ਇਨਵਾਈਟ ਕੀਤਾ ਤੇ ਤੁਸੀਂ ਇੰਨੇ ਵੱਡੇ ਪਲੇਟਫਾਰਮ ਤੇ ਰਾਜਵਿੰਦਰ ਮੈਂ ਮੌਕਾ ਦਿੱਤਾ ਸੋ ਰੱਬ ਤੁਹਾਡੀ ਲੰਬੀ ਉਮਰ ਕਰੇ ਜੀ ਸਾਰੇ ਚੈਨਲ ਵਾਲਿਆਂ ਦੀ ਤੇ ਜਿੰਨੇ ਵੀ ਟੀਮ ਹੈ ਸਾਰਿਆਂ ਨੂੰ ਵੈਸਟ ਵਿਸ਼ੇਸ ਹੈ ਜੀ ਜੀ ਅੱਗੇ ਜਾਓ ਬਹੁਤ ਵਧੀਆ ਸਾਡੇ ਵਰਗੇ ਹੋਰ ਮੁੰਡੇ ਆਉਣ ਜੀ ਸਭ ਨੂੰ ਮੌਕਾ ਮਿਲੇ ਜੀ ਤੇ ਇਸੇ ਨਾਲ ਹੀ ਸਾਡੇ ਇਸ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਖਤਮ ਹੁੰਦਾ ਹੈ ਸਾਨੂੰ ਦੇ ਇਜ਼ਾਜ਼ਤ ਤੇ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ